ਉਹ ਜਦੋਂ ਮੈਂ ਥੋਂ ਹੋਈ ਦੂਰ ਸੀ ਉਹ ਕਈ ਗੱਲਾਂ ਤੋਂ ਮਜਬੂਰ ਸੀ ਉਹ ਦਿਲ ਵਿੱਚ ਦਹਾਈਆਂ ਪਾਉਂਦੀ ਸੀ ਵਿੱਚ ਦਹਾਈਆਂ ਪਾਉਂਦੀ ਸੀ ਉਹ ਜਾਂਦੀ ਜਾਂਦੀ ਹੈ ਉਹ ਗਲ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ ਜਾਂਦੀ ਉਹ ਗਲ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ ਜਾਂਦੀ ਕਿੰਨਾ ਤੈਨੂੰ ਚਾਹੁੰਦੇ ਪਰ ਤੂੰ ਨਹੀਂ ਉਹ ਜਾਣਦੀ ਦਿਲ 'ਚ ਥੋੜ੍ਹੀ ਜਿਹੀ ਜਗ੍ਹਾ ਰੱਖ ਨੀਲੇ ਖਾਣ ਦੀ ਰਾਈਏ ਵਾਲੇ ਡੁੱਬੇ ਤਾਂ ਕਿਨਾਰੇ ਤਾਣੀ ਮੁੱਕ ਗਏ ਛੱਡ ਤਾਂ ਬੁਲਾਉਣਾ ਕਿਤੇ ਲਾਰੇ ਤਾਣੀ ਮੁੱਕ ਗਏ ਛੱਡ ਤਾਂ ਬੁਲਾਉਣਾ ਕਿਤੇ ਲਾਰੇ ਤਾਣੀ ਮੁੱਕ ਗਏ ਦਿਲ ਦੀਆਂ ਗੱਲਾਂ ਅੱਜ ਮੇਰੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਅੱਜ ਪ੍ਰੋਗਰਾਮ ਅੱਜ ਮੇਰੇ ਨਾਲ ਦੇ ਵਿੱਚ ਮੈਂ ਬਿੱਟੂ ਚੱਕਵਾਲਾ ਬਹੁਤ ਬਹੁਤ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਤਹਿਸੀਲ ਦੇ ਪਿੰਡ ਰਾਈਆ ਦੇ ਵਿੱਚ ਰਾਈਆ ਪਿੰਡ ਦਾ ਦੋਸਤੋ ਇੱਕ ਗੀਤਕਾਰ ਨੀਲੇ ਖਾਂ ਹੋਇਆ ਨੀਲੇ ਖਾਂ ਦੇ ਲਿਖੇ ਗੀਤ ਤੁਸੀਂ ਅਕਸਰ ਸੁਣੇ ਨੇ ਭਾਵੇਂ ਉਹ ਹਰਦੇਵ ਮਾਹੀ ਨੰਗਲ ਹੋਣਾ ਦੀ ਆਵਾਜ਼ ਹੋਵੇ ਧਰਮਪ੍ਰੀਤ ਦੀ ਆਵਾਜ਼ ਹੋਵੇ ਬਲਕਾਰ ਸਿੱਧੂ ਦੀ ਆਵਾਜ਼ ਹੋਵੇ ਸੁਰਜੀਤ ਭੁੱਲਰ ਹੋਰਾਂ ਨੇ ਬੜੇ ਹੀ ਪੰਜਾਬ ਦੇ ਚੋਟੀ ਦੇ ਲੋਕ ਗਾਇਕਾਂ ਨੇ ਜਿਹੜੇ ਨੀਲੇ ਖਾਂ ਦੀ ਕਲਮ ਨੂੰ ਆਵਾਜ਼ ਦਿੱਤੀ ਹੈ ਨੀਲੇ ਖਾਂ ਦੇ ਗਾਣੇ ਬੜੇ ਮਕਬੂਲ ਹੋਏ ਨੇ ਕਾਹਦੀ ਬੱਸ 'ਚੋਂ ਉੱਤਰ ਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ਇਹ ਗਾਣਾ ਜਦੋਂ ਆਇਆ ਤਾਂ ਬਹੁਤ ਸਾਰੀਆਂ ਬੱਸਾਂ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਬਹੁਤ ਸਾਰੇ ਵਿਆਹਾਂ ਦੇ ਵਿੱਚ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਵੱਜਿਆ ਇਸ ਤੋਂ ਇਲਾਵਾ ਬਲਕਾਰ ਸਿੱਧੂ ਹੋਰਾਂ ਨੇ ਗਾਇਆ ਸੀ ਦੋ ਗੱਲਾਂ ਕਰੀਏ ਬਹਿ ਜਾ ਸਾਡੀ ਸੁਣ ਆਪਣੀ ਕਹਿ ਜਾ ਇਸ ਤੋਂ ਇਲਾਵਾ ਬਾਬੇ ਨਾਨਕ ਦੇ ਲਈ ਉਹਨਾਂ ਨੇ ਜਦੋਂ ਉਹ ਗਾਣਾ ਲਿਖਿਆ ਸੀ ਕਿ ਮੇਰਾ ਦਿਲ ਕਰਦਾ ਹੈ ਨਨਕਾਣਾ ਵੇਖਣ ਨੂੰ ਉਹ ਗਾਣੇ ਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਦੋਸਤੋ 28 ਮਈ 2011 ਦੇ ਵਿੱਚ ਅਚਾਨਕ ਨੀਲੇ ਖਾਂ ਦੀ ਕਰੰਟ ਲੱਗਣ ਦੇ ਨਾਲ ਜਿਹੜੀ ਉਹ ਮੌਤ ਹੋ ਜਾਂਦੀ ਹੈ ਉਹ ਸਾਡੇ ਤੋਂ ਸਦੀਵੀ ਤੌਰ 'ਤੇ ਇਸ ਦੁਨੀਆ ਤੋਂ ਜਹਾਨ ਤੋਂ ਵਿਛੜ ਜਾਂਦਾ ਉਸ ਤੋਂ ਬਾਅਦ ਪਰਿਵਾਰ ਦਾ ਕਿਹੋ ਜਿਹਾ ਹਾਲ ਹੈ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਅਤੇ ਕਿਵੇਂ ਦਾ ਜੀਵਨ ਜਿਹੜਾ ਉਹਨਾਂ ਦਾ ਪਰਿਵਾਰ ਗੁਜ਼ਾਰ ਰਿਹਾ ਅੱਜ ਆਪਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਸੇ ਕਰਕੇ ਇਸ ਪਿੰਡ ਦੇ ਵਿੱਚ ਰਾਈਆ ਦੇ ਵਿੱਚ ਪੁੱਜੇ ਹੋਏ ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਆਪਾਂ ਜਾਣਾਂਗੇ ਉਹਨਾਂ ਦੇ ਗਾਣਿਆਂ ਬਾਰੇ ਉਹਨਾਂ ਦੀ ਲੇਖਣੀ ਬਾਰੇ ਉਹਨਾਂ ਦੇ ਪਰਿਵਾਰ ਦੇ ਨਾਲ ਕਰਾਂਗੇ ਢੇਰ ਸਾਰੀਆਂ ਗੱਲਾਂ ਬਾਤਾਂ ਆ ਜਾਓ ਫਿਰ ਆਪਾਂ ਉਹਨਾਂ ਦੇ ਘਰ ਚੱਲ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਬੇਟਾ ਖੁਸ਼ ਰਹਿ ਅੱਲਾ ਭਲਾ ਕਰੇ ਕੀ ਹਾਲ ਚਾਲ ਹੈ ਬਾਪੂ ਜੀ ਬਹੁਤ ਵਧੀਆ ਬਹੁਤ ਸ਼ੁਕਰ ਹੈ ਮਾਲਕ ਦਾ ਬਈ ਕਾਇਮ ਨੇ ਸੇਤਾ ਹਾਂ ਠੀਕ ਹੈ ਤੁਸੀਂ ਠੀਕ ਰਹਿੰਦੇ ਹੋ ਮਾਤਾ ਜੀ ਠੀਕ ਹੈ ਚਲੋ ਵਧੀਆ ਚਾਹੀਦੇ ਹੋ ਦੋਸਤੋ ਮੁਹੰਮਦ ਰਫੀਕ ਜੀ ਜਿਹੜੇ ਸਾਡੇ ਨਾਲ ਬਾਈ ਹੁਣਾਂ ਦੇ ਫਾਦਰ ਸਾਹਿਬ ਨੇ ਅਤੇ ਮਾਤਾ ਜੀ ਉਹਨਾਂ ਦੇ ਇਸ ਵਕਤ ਬਾਈ ਨੀਲੇ ਖਾਂ ਦੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਸ਼ੁਰੂਆਤੀ ਪਲ ਦੇ ਵਿੱਚ ਬੈਠੇ ਨੇ ਆਪਾਂ ਗੱਲਬਾਤ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਕਰਾਂਗੇ ਬਾਪੂ ਜੀ ਆਪਾਂ ਗੱਲਾਂ ਬਾਤਾਂ ਨੀਲੇ ਖਾਂ ਬਾਈ ਦੀ ਜ਼ਿੰਦਗੀ ਬਾਰੇ ਕਰਾਂਗੇ ਉਹ ਤਾਂ ਇਸ ਦੁਨੀਆ 'ਤੇ ਨਹੀਂ ਰਹੇ ਪਰਿਵਾਰ ਦੇ ਵਿੱਚ ਜਦੋਂ ਸੀਗੇ ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਉਦੋਂ ਸਹਾਰਾ ਹੁੰਦਾ ਸੀ ਉਹਨਾਂ ਦਾ ਕਿੰਨੇ ਕੁ ਲੋਕਾਂ ਦਾ ਆਉਣ ਜਾਣ ਬਣਿਆ ਰਹਿੰਦਾ ਹੁੰਦਾ ਸੀ ਜਦੋਂ ਨੀਲੇ ਖਾਂ ਆਪਣੀ ਕਲਮ ਦੇ ਨਾਲ ਪੰਜਾਬੀ ਬੋਲਾਂ ਨੂੰ ਲਿਖਦਾ ਹੁੰਦਾ ਸੀ ਬਹੁਤ ਜ਼ਿਆਦਾ ਬੇਟਾ ਸੀਗਾ ਸਾਡੇ ਕੋਲ ਇਕੱਠ ਰਹਿੰਦਾ ਇੱਥੇ ਹਰ ਵਕਤ ਗੱਡੀਆਂ ਖੜੀਆਂ ਰਹਿੰਦੀਆਂ ਬਾਹਰ ਨੂੰ ਉਹਨੂੰ ਛੁੱਟੀ ਹੁੰਦੀ
ਐਤਵਾਰ ਐਤਵਾਰ ਦੀ ਐਤਵਾਰ ਅਤੇ ਬਾਰ ਨੂੰ ਹੀ ਗੱਡੀਆਂ ਉੱਥੇ ਆ ਜਾਂਦੀਆਂ ਸਾਡੇ, ਕਿਤੇ ਦੋ ਆ ਗਈਆਂ, ਚਾਰ ਆ ਗਈਆਂ, ਪੰਜ ਆ ਗਈਆਂ, ਕਿਤੇ ਪੰਜ ਮੁੜ ਗਏ, ਚਾਰ ਆ ਗਏ, ਐਂ ਹਰ ਵਕਤ ਸਾਡੇ ਪੰਜ ਪੰਜ ਕਿਲੋ ਅਤੇ ਚਾਰ ਚਾਰ ਕਿਲੋ ਚਾਹ 'ਤੇ ਲੱਗ ਜਾਂਦਾ। ਉਹਨੇ ਕਹਿਣਾ ਮਾਂ ਅੱਜ ਬੰਦੇ ਆਉਣਗੇ ਅਤੇ ਪ੍ਰੋਗਰਾਮ ਵਧੀਆ, ਰੋਟੀ ਬਣਾ ਕੇ ਰੱਖੀ ਚਾਹ। ਸਾਡੇ ਤਾਂ ਮੇਲਾ ਲੱਗਿਆ ਰਹਿੰਦਾ, ਜਿੰਨੇ ਲੋਕ ਜਵਾਕ ਸੀ ਸਾਰੇ ਉਹਦੇ ਕੋਲ ਰਹੇ, ਕੋਈ ਬੰਦਾ ਨਾ ਬਾਹਰੋਂ ਨਾ ਆਉਂਦਾ, ਅਤੇ ਇੱਥੇ ਜਾ ਕੇ ਸੱਥ 'ਚ ਬਹਿ ਜਾਂਦਾ ਹੱਥ ਨੇ ਅਤੇ ਐਂ ਮੂਹਰੇ ਬੈਠੀ ਜਾਂਦੇ ਉਹਦੇ। ਅਤੇ ਮੈਂ ਜਦੋਂ ਲੰਘਦਾ ਮੈਂ ਕਹਿੰਦਾ ਲੀਲਾ ਯਾਰ ਤੂੰ ਜਵਾਕਾਂ ਨਾਲ ਚੌੜ ਕਰੀ ਜਾਂਦਾ, ਉਹ ਪਾ ਤੂੰ ਜਾ ਤੈਨੂੰ ਨਹੀਂ ਪਤਾ ਮੈਨੂੰ ਇਹਨਾਂ ਤੋਂ ਗੱਲ ਮਿਲੂਗੀ ਜਵਾਕਾਂ ਤੋਂ। ਅੱਛਾ, ਉਹਨੇ ਉਹਨਾਂ ਨੇ ਗੱਲਾਂ ਸੁਣ ਕੇ ਗੀਤ ਬਣਾ ਲੈਣੇ ਲੋਕਾਂ ਦੀਆਂ, ਹਾਂ ਜਵਾਕਾਂ ਦੀਆਂ ਬੱਚਿਆਂ ਦੀਆਂ, ਤੈਨੂੰ ਮੈਨੂੰ ਗੱਲ ਮਿਲੂ ਇਹਨਾਂ ਤੋਂ ਤੂੰ ਜਾ। ਅਤੇ ਮੇਲੇ ਲੱਗੇ ਰਹਿੰਦੇ ਜੀ ਪੁੱਤ, ਹੁਣ ਤਾਂ ਸਾਡੇ ਘਰੇ ਨਹੀਂ ਪਾਉਂਦੇ। ਮੇਲੇ ਦੇ ਜਾਣ ਤੋਂ ਬਾਅਦ ਫਿਰ ਕੋਈ ਨਹੀਂ ਆਇਆ, ਕੋਈ ਨਹੀਂ ਆਇਆ, ਕਲਾਕਾਰ ਨਹੀਂ ਆਇਆ, ਕੋਈ ਗੀਤ ਵਾਲਾ ਨਹੀਂ ਆਇਆ, ਕੋਈ ਨਹੀਂ ਸਾਡੇ ਕੋਲ ਆਇਆ। ਮੇਲਾ ਜ਼ਰੂਰ ਕਰਾਉਂਦੇ ਹਾਂ ਅਸੀਂ, ਕਲਾਕਾਰ ਆਉਂਦੇ ਆ ਮੇਲੇ 'ਤੇ, ਉਹ ਆਉਂਦੇ ਆ ਕੰਮ ਕਰਕੇ। ਮਾਂ ਜੀ ਮੈਨੂੰ ਪਤਾ ਲੱਗਿਆ ਸੀ ਨੀਲੇ ਖਾਂ ਹੈਂਡੀਕੈਪਡ ਸੀ, ਉਹ ਬਚਪਨ ਤੋਂ ਹੀ ਸੀ ਉਹਨਾਂ ਨੂੰ ਇਹ ਪ੍ਰੋਬਲਮ? ਨਹੀਂ, ਟੀਕਾ ਲੱਗ ਗਿਆ ਸੀ। ਅੱਛਾ, ਟੀਕਾ ਲੱਗ ਗਿਆ, ਟੀਕਾ ਲੱਗ ਗਿਆ ਨਾੜ ਦੇ ਵਿੱਚ, ਫਿਰ ਮੈਨੂੰ ਪਤਾ ਨਹੀਂ ਮੈਂ ਨਵਾਉਣ ਲੱਗੀ ਡਿੱਗ ਪਿਆ। ਉਦੋਂ ਬਾਅਦ ਬਸ ਫਿਰ ਮੈਂ ਸ਼ੁਰੂ ਹੋ ਗਈ ਉਹਨੂੰ ਲਿਜਾਣ ਨੂੰ। ਅੱਛਾ, ਲਿਜਾਣ ਨੂੰ ਕਿਤੇ ਕਿਸੇ ਦੇ ਕਿਸੇ ਜਾਂਦੇ, ਮੈਂ ਉਹਨੂੰ ਕਾਮਯਾਬ ਕਰ ਲਿਆ, ਤੁਰਨ ਲੱਗ ਗਿਆ। ਅੱਛਾ, ਜਾ ਕੇ ਤੁਰ ਕੇ ਹੌਲੀ ਹੌਲੀ ਫਿਰ ਪੜ੍ਹਨ ਲੱਗ ਗਿਆ, ਪੜ੍ਹ ਕੇ ਥੋੜ੍ਹਾ ਜਿਹਾ, ਫਿਰ ਮੇਰੀਆਂ ਦਸਵੀਂ ਪਾਸ ਕਰਕੇ ਮਾਲਕ ਨੇ ਸੁਣੀ, ਚਲੋ ਉਹਨੂੰ ਮੇਰੀਆਂ ਸੁਣ ਆ ਗੀਤ ਦਾ ਸ਼ੌਕ ਪੈ ਗਿਆ। ਪੰਜਵੀਂ ਦੇ ਵਿੱਚ ਸ਼ੌਕ ਪੈ ਗਿਆ ਬਹੁਤ ਦੁਨੀਆ, ਪੰਜਵੀਂ ਤੋਂ ਹੀ ਭਾਗ ਵਾਲਾ ਸੀ। ਤੁਹਾਨੂੰ ਪਤਾ ਨੀਲੇ ਖਾਂ ਦੇ ਗਾਣੇ ਆ ਜਿਹੜੇ ਬੜੇ ਲੋਕਾਂ ਦੇ ਵਿੱਚ ਪਿਆਰ ਮਿਲਿਆ ਉਹ ਗਾਣਿਆਂ ਨੂੰ, ਤੁਸੀਂ ਤੁਹਾਨੂੰ ਨੀਲੇ ਖਾਂ ਕਦੇ ਦੱਸਦਾ ਹੁੰਦਾ ਸੀ ਕਿ ਮਾਂ ਹੁਣ ਆਪਣਾ ਗਾਣਾ ਆ ਗਿਆ ਤੇ ਲੋਕ ਬਹੁਤ ਪਿਆਰ? ਨਹੀਂ ਪੁੱਤ, ਇੰਨਾ ਨਹੀਂ ਸਾਡੇ ਗਾਣੇ, ਉਹ ਕਹਿ ਦਿੰਦਾ ਕਿਤੇ ਨਿੱਕਾ ਵਾਲੀ ਗੇਜੀਏ ਮਾਂ ਵੀ ਭੋਲੀਏ ਮਾਂ ਅੱਜ ਮੇਰੇ ਤੇਰੇ ਸ਼ੇਰ ਦਾ ਗੀਤ ਆਊਗਾ। ਵੀ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਵੀ ਆ ਤੂੰ ਲਿਖਿਆ, ਖੜਾ ਖੜਾ ਹੀ ਲਿਖ ਦਿੰਦਾ ਮਾਂ, ਖੜ ਜਾ ਮਾੜਾ ਜਾ, ਮੈਨੂੰ ਚਾਹ ਕਰ ਦੇ ਮਾਂ, ਮੈਂ ਅੱਜ ਨਾ ਇੰਨੇ ਗੀਤ ਲਿਖ ਕੇ ਦੇਣੇ। ਮੈਂ ਕਹਿੰਦੀ ਚੰਗਾ ਪੁੱਤ, ਅੱਜ ਮੈਂ ਇੰਨੇ ਗੀਤ ਲਿਖਣੇ ਵਾਂ, ਅੱਜ ਤਾਂ ਦੋ ਗੱਲਾਂ ਵਾਲਾ ਪੁੱਤ ਸਾਨੂੰ ਪਤਾ ਹੀ ਨਾ ਮਾਂ, ਵੀ ਪੁੱਤ ਆ ਵੀ ਤੇਰਾ ਗੀਤ ਹੈ ਦੋ ਗੱਲਾਂ ਕਰੀਏ। ਅਤੇ ਉਹ ਕਹਿੰਦਾ ਵੀ ਨਹੀਂ ਬੇਬੇ, ਮੈਂ ਕਿਹਾ ਪੁੱਤ ਤੇਰਾ ਨਾਂ ਤਾਂ ਪਾਇਆ ਨਹੀਂ, ਕਹਿੰਦਾ ਮਾਂ ਮੈਂ ਪਾਇਆ ਨਹੀਂ ਹਾਲੇ। ਉਦੋਂ ਬਾਅਦ ਫਿਰ ਨਾਂ ਪਾਉਣ ਲੱਗ ਗਿਆ। ਅੱਛਾ, ਉਹ ਜਿਹੜੇ ਮੁੰਡੇ ਨੇ ਗਾਇਆ ਹੈਗਾ, ਅਤੇ ਉਦੋਂ ਬਾਅਦ ਫਿਰ ਤਾਂ ਪੁੱਤ ਚੱਲੋ ਸੋ ਚੱਲ ਚੱਲ ਸੋ ਚੱਲ, ਫਿਰ ਤਾਂ ਸੁੱਖ ਨਾ ਬਹੁਤ ਮਾਲਕ ਨੇ ਗੁੱਡੀ ਚੜ੍ਹਾਤੀ ਸੀ। ਮਾਂ ਕਿੰਨੀ ਉਮਰ ਸੀ ਜਦੋਂ ਨੀਲੇ ਖਾਂ ਇਸ ਦੁਨੀਆ ਤੋਂ ਗਿਆ ਤੇ ਕੀ ਗੱਲ ਹੋ ਗਈ ਸੀ? ਕਿਵੇਂ? 33 ਸਾਲ ਦੀ ਮੇਰੇ ਖਾਂ। ਹਾਂ ਪੁੱਤ, ਬਸ ਇੰਨੀ ਇੱਕ ਦੇ ਸੀਗਾ, ਛੋਟੀ ਜੀ ਉਮਰ ਦਾ, ਛੋਟੀ ਜੀ ਉਮਰ ਦਾ ਬਸ ਸ਼ੌਂਕ ਬਣ ਗਿਆ, ਛੋਟੀ ਜੀ ਉਮਰ ਦੇ ਨਾਲ ਹੀ ਬਸ ਉਹਨੂੰ ਗੁੱਡੀ ਚੜ੍ਹ ਗਈ, ਉਦੋਂ ਬਾਅਦ ਉਹਨੂੰ ਸ਼ੌਂਕ ਪੈ ਗਿਆ ਬਹੁਤ, ਫਿਰ ਤਾਂ ਮੇਰੀ ਗੱਲ ਸੁਣ ਲਾ ਰੁਕਿਆ ਹੀ ਨਹੀਂ ਕਿਤੇ। ਇਸ ਵੇਲੇ ਤਾਂ ਗੱਡੀਆਂ ਪੁੱਤ ਬਹੁਤ ਆ ਜਾਂਦੀਆਂ ਸੀ, ਬਾਹਰ ਆਏ ਦੁਬਾਰਾ ਵਾਲੇ ਦਿਨ ਤਾਂ ਮੇਲੇ ਹੀ ਲੱਗੇ ਰਹਿੰਦੇ ਸੀ, ਉਹਨੂੰ ਦੁਨੀਆਂ ਛੱਡ ਕੇ ਜਾਂਦੀ ਅਤੇ ਲੈ ਕੇ ਆਉਂਦੀ, ਧਰਤੀ 'ਤੇ ਪੱਬ ਹੀ ਨਹੀਂ ਸੀ ਲੱਗਣ ਦਿੰਦੇ, ਉਹਦਾ ਘਰੋਂ ਹੀ ਲੋਕ ਲੈ, ਘਰੋਂ ਹੀ ਲੈ ਜਾਂਦੇ, ਪਿਆਰ ਨਾਲ ਹੀ ਜਾਂਦੇ ਸਾਰੀ ਪਿੰਡ, ਐਡਾ ਪਿੰਡ ਸਾਡਾ ਮਾਣ ਕਰਦਾ ਪੁੱਤ, ਐਡਾ ਸਾਡੇ ਪਿੰਡ ਨੇ ਦੁੱਖ ਵੀ ਮਨਾਇਆ ਅਤੇ ਮਾਣ ਵੀ ਬਹੁਤ ਕੀਤਾ, ਉਹਨਾਂ ਦੇ ਲਈ ਸਾਨੂੰ ਵੀ ਸਲਾਮਾਂ ਹੁੰਦੀਆਂ। ਤੁਹਾਡਾ ਹੁਣ ਬਾਈ ਦੇ ਜਾਣ ਤੋਂ ਬਾਅਦ, ਨੀਲੇ ਦੇ ਜਾਣ ਤੋਂ ਬਾਅਦ ਜੀਵਨ ਬਸਰ ਠੀਕ ਹੋ ਰਿਹਾ? ਕਿਵੇਂ ਆ ਜ਼ਿੰਦਗੀ, ਕਿਵੇਂ ਚੱਲ ਰਹੀ ਆ? ਨਾ ਤਾਂ ਇੱਕ ਮਿੰਟ ਸੁਣ ਲਓ, ਨਾ ਤਾਂ ਸਾਨੂੰ ਕਿਸੇ ਦਾ ਲਾਲਚ ਆ, ਮੈਂ ਤਾਂ ਉੱਥੇ ਬੈਠਾ ਦਰਬਾਰ 'ਤੇ ਜੀ, ਇਹ 5-6 ਹਜ਼ਾਰ ਰੁਪਇਆ ਲੀਲਾ ਬਾਗੀ ਲੈਂਦਾ ਹੈ, ਬਾਗੀ ਉਹਦਾ ਛੋਟਾ ਭਰਾ ਜਿਹੜਾ, ਇਹ 5-6 ਹਜ਼ਾਰ ਰੁਪਇਆ ਲੈਂਦਾ ਹੈ, ਇਹ ਟਾਈਮ ਪੂਰਾ ਕਰੀ ਜਾਂਦੇ ਆ ਉਹਦਾ, ਮਾਲਕ ਦੇ ਕੋਲ ਰੋਟੀ ਖਾਈ ਜਾਂਦੇ ਆ। ਹੋਰ ਸਾਨੂੰ ਨਾ ਤਾਂ ਜਿਵੇਂ ਭੁੱਲਰ ਸਾਹਿਬ ਨੇ ਗੱਲ ਕੀਤੀ ਵੀ ਸਾਨੂੰ ਐਂ, ਸਾਨੂੰ ਨਾ ਤਾਂ ਪੈਸੇ ਦੀ ਭੁੱਖ ਹੈ ਪੁੱਤ, ਨਾ ਸਾਨੂੰ ਪੈਸਾ ਚਾਹੀਦਾ, ਸਾਨੂੰ ਸਿਰਫ ਪਿਆਰ ਦੀ ਭੁੱਖ ਹੈ। ਸਾਨੂੰ ਐਂ ਸੀ ਵੀ ਲੀਲਾ ਖਾਨ ਉਹਦੇ ਨਾਲ ਰਹਿੰਦਾ ਸੀ, ਉਹਨੂੰ ਗੀਤ ਦਿੰਦਾ ਸੀ ਸੁਰਜੀਤ ਭੁੱਲਰ ਦੇ ਨਾਲ, ਸੁਰਜੀਤ ਭੁੱਲਰ ਨੂੰ ਵੀ ਉਹ ਸਾਡੇ ਕੋਲ ਆਉਂਦਾ ਜਾਂਦਾ ਰਹੂ, ਸਾਨੂੰ ਪਿਆਰ
ਅਤੇ ਨਾ ਅਸੀਂ 9 ਸਾਲ ਦਾ ਪਹਿਲਾਂ ਉੱਥੋਂ ਪੈਸਾ ਮੰਗਿਆ, ਨਾ ਪਹਿਲਾਂ ਮੰਗਿਆ, ਸਾਨੂੰ ਐਂ ਨਹੀਂ ਪਤਾ ਲੀਲੇ ਨੂੰ ਉਹਨੇ ਕਿੰਨਾ ਦਿੱਤਾ ਕਿੰਨਾ ਨਹੀਂ, ਰੱਬ ਜਾਣਦਾ। ਜਿਹੜੀ ਉਹ ਗੱਲ 25,000 ਵਾਲੀ ਕਹਿੰਦੇ ਸੀ, 25,000 ਸੀ ਜਿਹੜਾ ਸਾਡੇ ਕੋਲ ਆਇਆ ਸੀ ਦੱਸਣਾ ਸੀ ਵੀ 25,000 ਜਦੋਂ ਲੀਲੇ ਦੇ ਭੋਗ ਸੀ ਉਹਦੇ 25,000 ਰੁਪਏ ਦੇ ਕੇ ਗਿਆ ਸੁਰਜੀਤ ਭੁੱਲਰ। ਹਾਂ, ਅਤੇ ਉਦੋਂ ਬਾਅਦ ਕੀ ਮੇਰੇ ਖਿਆਲ 5-6 ਮਹੀਨਿਆਂ ਬਾਅਦ ਉਹ 2 ਗੀਤ ਉਹਦੇ ਕੋਲ ਹੋਰ ਲਿਖੇ ਪਏ ਸੀ ਭੁੱਲਰ ਦੇ, ਅਮਰਾ ਚੰਦ 2 ਗੀਤ ਸੀ। ਉਹ ਫਿਰ ਇੱਥੇ ਸਾਡੇ ਕੋਲ ਆਇਆ ਵੀ ਬਾਪੂ ਜੀ ਤੁਸੀਂ ਉਹ ਗੀਤ ਦੇ ਤੁਸੀਂ ਸਾਈਨ ਕਰ ਦਿਓ। ਉਹ ਸਾਨੂੰ ਕੋਈ ਤਰਾਜ ਹੀ ਨਹੀਂ, ਜਿੰਨੀ ਮਰਜ਼ੀ ਕਰੋ, ਜਿੰਨੇ ਕੁ ਦੇਰ ਹੋਏ ਗਾਲਾ, ਸਾਨੂੰ ਕੋਈ ਪੁੱਤ ਤਰਾਜ ਨਹੀਂ। ਅਸੀਂ ਫੂਲ ਜਾ ਕੇ ਮੈਂ ਐਫੀਡੇਟ ਲਿਖਤੇ ਤੁਸੀਂ ਐਫੀਡੇਟ ਦਿੱਤਾ ਵੀ ਸਾਨੂੰ ਕੋਈ, ਉਹ ਸਾਨੂੰ ਦੇ ਗਿਆ ਚੈੱਕ ਰੱਬ ਜਾਣੇ, ਮੈਨੂੰ ਤਾਂ ਪਤਾ ਅਨਪੜ੍ਹ, ਖਾਣੀ 25,000 ਦਾ ਸੀ, ਕਹਿੰਦੇ 20,000 ਦਾ ਸੀ, ਰੱਬ ਨੂੰ ਪਤਾ ਜਾਂ ਉਹਨੂੰ ਪਤਾ ਜਾਣੇ। ਉਹ ਕਹਿੰਦਾ 25,000 ਦਾ ਚੈੱਕ ਮੈਂ ਦਿੱਤਾ, ਹਾਂ ਦਿੱਤਾ ਮੈਂ ਮੁਕਰ ਦੇ। ਠੀਕ ਹੈ। ਅਤੇ ਅਸੀਂ ਉਹਨੂੰ ਇਹ ਗੱਲ ਕਹਿੰਦੀ ਸੀ ਵੀ ਪੁੱਤ ਸਾਨੂੰ ਤਾਂ ਤੂੰ ਦੀਦਾ ਰਹਿ, ਸਾਨੂੰ ਤੁਸੀਂ ਉਹਦੇ ਵਿੱਚੋਂ ਨੀਲੇ ਖਾਨ ਨੂੰ ਹੀ ਵੇਖ ਰਹੇ ਹੋ ਸਰਜੀਤ? ਹਾਂ, ਕਿਉਂਕਿ ਉਹਦੇ ਲਿਖੇ ਤੇ ਉਹ ਗਾਏ ਗਾਣੇ ਗੀਤ ਗਾਉਂਦਾ ਨੇ ਨੀਲੇ ਖਾਨ ਦੇ ਪੁੱਤ, ਮੈਨੂੰ ਚਾਹ ਚੜਦਾ ਵੀ ਮੇਰਾ ਪੁੱਤ ਹੀ ਗਾਉਂਦਾ। ਕਹਿਣ ਦਾ ਭਾਵ ਤੁਸੀਂ ਪੈਸੇ ਲੈਣ ਨਾਲੋਂ ਜ਼ਿਆਦਾ ਸਿਰਫ ਉਹਨੂੰ ਦੇਖ ਕੇ ਰਾਜੀ, ਮਿਲਣਾ ਗਿਲਣਾ ਜ਼ਿਆਦਾ ਚਾਹੁੰਦੇ ਹੋ? ਅਸੀਂ ਉਹਨੂੰ ਦੇਖ ਕੇ ਰਾਜੀ, ਸਾਨੂੰ ਚਾਹ ਚੜਦਾ ਜਦੋਂ ਆਉਂਦਾ ਉਹ, ਸਮਝ ਗਏ। ਅਤੇ ਇਹ ਹੁਣ ਜਵਾਕਾਂ ਦੇ ਚੱਕਰ ਪੈਸਿਆਂ ਦੇ, ਪੈਸਿਆਂ ਤੁਸੀਂ ਸਾਨੂੰ ਕੋਈ ਲੋੜ ਨਹੀਂ ਪੁੱਤ, ਪੈਸੇ ਤਾਂ ਨਾ ਜੇ ਦੇਣੇ ਰੱਬ ਨੇ ਤਾਂ ਮੱਲੋ ਮੱਲੀ ਆ ਜਾਂਦੇ ਆ, ਜਿਹੜੇ ਸਾਡੇ ਭਾਗ 'ਚ ਆ ਉਹ ਮੱਲੋ ਮੱਲੀ ਆ ਜਾਂਦੇ, ਕਿਸੇ ਤੋਂ ਵੀ ਆਉਣਗੇ ਜਿਹੜੇ ਉਹਨੇ ਦੇਣੇ ਆ, ਅਤੇ ਪੈਸੇ ਭੱਜਿਆ ਰਿਜਕ ਨਹੀਂ ਮਿਲਦਾ। ਅਸੀਂ ਤਾਂ ਇਹੀ ਚਾਹੁੰਦੇ, ਅਸੀਂ ਪਿਆਰ ਚਾਹੁੰਦੇ ਹੋਰ। ਤੁਸੀਂ ਹੁਣ ਵੀ ਚਾਹੁੰਦੇ ਹੋ ਵੀ ਸੁਰਜੀਤ ਭੁੱਲਰ ਵਰਗੇ ਹੋਰ ਗਾਇਕ ਨੇ ਜਿਹੜੇ ਜਿਨ੍ਹਾਂ ਨੇ ਗਾਣੇ ਗਾਏ ਨੇ ਨੀਲੇ ਖਾਨ ਦੇ, ਉਹ ਆਉਣ ਤੁਹਾਡੇ ਨਾਲ ਬਹਿ ਕੇ ਕਰਨ? ਸਾਨੂੰ ਐਂ ਪੁੱਛਣਾ ਵੀ ਬਾਬਾ ਜੀ ਕਿਵੇਂ ਰਹਿੰਦੇ ਤੁਸੀਂ, ਬੇਬੇ ਕਿਵੇਂ ਰਹਿੰਦੇ ਹੋ, ਹੋਰ ਸਾਨੂੰ ਪੈਸੇ ਤਾਂ ਕੋਈ ਲੋੜ ਹੀ ਨਹੀਂ, ਨਾ ਸਾਨੂੰ ਪੈਸਾ ਚਾਹੀਦਾ। ਸਾਡਾ ਵਧੀਆ ਟਾਈਮ ਪੂਰਾ ਹੁੰਦਾ, ਪਿੰਡ ਦੇ ਸਿਰ 'ਤੇ ਵੀ ਟਾਈਮ ਪੂਰਾ ਹੁੰਦਾ। ਸਾਡਾ ਪਿੰਡ ਨੇ ਇੰਨੀ ਮਦਦ ਪਹਿਲਾਂ ਵੀ ਕੀਤੀ ਅਤੇ ਹੁਣ ਵੀ, ਲੀਲੇ ਮਰਨ ਤੋਂ ਸਾਨੂੰ 1.5 ਮਹੀਨਾ ਪਤਾ ਨਹੀਂ ਲੱਗਿਆ ਵੀ ਕਿੱਥੋਂ ਰੋਟੀ ਕੌਣ ਪਕਾਉਂਦਾ, ਕਿੱਥੋਂ ਆਉਂਦੀ ਹੈ, ਸਾਡੇ ਕੋਲ ਹੀ ਬਣੀ ਬਣਾਈ ਆਉਂਦੀ। ਅੱਛਾ। ਅਤੇ ਪਿੰਡ ਨੇ ਸਾਡੀ ਐਡੀ ਮਦਦ ਕੀਤੀ, 25 ਸਾਡੀ ਉੱਥੇ ਲੱਗੇ, ਕਿੰਨਾ ਜਿਨ੍ਹਾਂ ਨੇ ਦੇਖਿਆ ਟੈਂਟ ਉੱਥੇ ਲੱਗਿਆ ਵਾ, ਅਤੇ 1,00,000 ਰੁਪਏ ਵੀ ਟੈਂਟ ਨਹੀਂ ਲੱਗਦਾ। ਕਹਿਣ ਦਾ ਭਾਵ ਤੁਸੀਂ ਸਿਰਫ ਉਹਨਾਂ ਗਾਇਕਾਂ ਅੱਗੇ ਇਹੀ ਗੱਲ ਕਹਿਣੀ ਚਾਹੁੰਦੇ ਹੋ ਕਿ ਉਹ ਤੁਹਾਡੇ ਕੋਲ ਆਉਣ, ਤੁਹਾਡੇ ਨਾਲ ਬਹਿ ਕੇ ਗੱਲਾਂ ਕਰਨ, ਦੁੱਖ ਵੰਡਾਉਣ, ਸਾਨੂੰ ਮਿਲਣ ਗਹਿਣ, ਸਾਥੋਂ ਦੁੱਖ ਸੁੱਖ ਪੁੱਛਣ, ਸਾਡਾ ਆਪਦਾ ਦੱਸਣ, ਅਸਾਂ ਤਾਂ ਅਸੀਂ ਤਾਂ ਦੁਆ ਕਰਨੀ ਉਹਨਾਂ ਖਾਤਰ, ਅਸੀਂ ਹੁਣ ਵੀ ਭੁੱਲਰ ਖਾਤਰ ਦੁਆ ਕਰਦੇ ਹਾਂ। ਬਿਲਕੁਲ ਠੀਕ ਹੈ, ਜੇ ਮੇਰਾ ਜਦੋਂ ਤੋਂ ਲੀਲਾ ਮਰ ਗਿਆ ਨਾ ਪੁੱਤ, ਮੇਰਾ ਚੇਤਾ ਨਹੀਂ ਸਹੀ, ਮੈਂ ਹੁਣ ਗੱਲ ਕਰਕੇ ਭੁੱਲ ਸਕਦਾ, ਜਿਹੜਾ ਉਹ ਕਹਿੰਦੇ ਗੱਡੀ ਉੱਡ ਜੇ ਮੈਂ ਨਿਕਲ ਗਿਆ, ਮੈਂ ਪਾਪ ਨਹੀਂ ਕਰਦਾ। ਹਾਂ, ਉਹ ਦੱਸ ਰਹੇ ਸੀ ਕਿ ਉਹਨਾਂ ਕੋਲ ਮਰੂਤੀ ਗੱਡੀ ਤਾਂ ਹੈ ਹੀ ਨਹੀਂ, ਬਿਲਕੁਲ ਨਾ, ਮੈਂ ਗੱਡੀ ਦੇਖੀ ਉਹਦੇ ਕੋਲ ਨਾ, ਮੈਂ ਕੋਈ ਵੀ ਗੱਡੀ, ਲੋਕ ਕਹਿੰਦੇ ਜੀ ਗੱਡੀ ਮਰੂਤੀ 'ਚ ਆਏ, ਮਰੂਤੀ 'ਚ ਮੇਰੇ ਮੂੰਹ 'ਚ ਇਹ ਵੀ ਮੈਥੋਂ ਹੀ ਨਿਕਲ ਗਿਆ, ਸਮਝ ਗਿਆ। ਮੈਂ ਇਸ ਗੱਲ ਲਈ ਮਾਫ਼ੀ ਵੀ ਚਾਹੁੰਦਾ, ਭੁੱਲਰ ਸਾਹਿਬ ਤੋਂ ਮੇਰਾ ਪੁੱਤ ਹੈ, ਜੇ ਮੈਂ ਤੂੰ ਗਲਤ ਬੋਲਿਆ ਗਿਆ, ਨਾ ਆਪਾਂ ਗਲਤ ਬੋਲਣਾ ਨਾ ਲੋੜ ਨਹੀਂ। ਖੈਰ, ਤੁਸੀਂ ਵੱਡੇ ਹੋ। ਸੋ ਦੋਸਤੋ, ਮਾਤਾ ਪਿਤਾ ਦੇ ਨਾਲ ਆਪਾਂ ਗੱਲਬਾਤ ਕੀਤੀ, ਨੀਲੇ ਖਾਂ ਦੀ ਜ਼ਿੰਦਗੀ ਦੀ ਪੂਰੀ ਗੱਲਬਾਤ ਕਰਾਂਗੇ, ਉਹਨਾਂ ਦੇ ਭਰਾ ਬਾਗੀ ਹੁਰੀ ਅਤੇ ਨੀਲੇ ਖਾਂ ਬਾਈ ਦੇ ਬਹੁਤ ਸਾਰੇ ਦੋਸਤ ਨੇ। ਆਪਾਂ ਮਾਤਾ ਪਿਤਾ ਨੂੰ ਮਿਲਣ ਤੋਂ ਬਾਅਦ ਹੁਣ ਅੱਗੇ ਨੀਲੇ ਖਾਂ ਦੇ ਬੇਟੇ ਨੂੰ ਵੀ ਮਿਲਾਂਗੇ, ਉਹ ਵੀ ਉੱਥੇ ਆਪਾਂ ਨੂੰ ਮਿਲਣਗੇ, ਆਪਾਂ ਉਹਨਾਂ ਦੇ ਨਾਲ ਬਾਹਰ ਬੈਠ ਕੇ ਅੱਗੇ ਗੱਲਾਂ ਬਾਤਾਂ ਕਰਦੇ ਹਾਂ। ਤੁਸੀਂ ਆ ਜਾਓ ਸਾਡੇ ਨਾਲ ਉੱਥੇ। ਦੋਸਤੋ, ਇਸ ਵਕਤ ਆਪਾਂ ਬਾਈ ਬਾਗ ਅਲੀ ਖਾਨ ਉਹਨਾਂ ਦੇ ਕੋਲ ਖੇਤ ਵਿੱਚ ਪਹੁੰਚ ਚੁੱਕੇ ਹਾਂ। ਜਿਵੇਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਮਾਤਾ ਹੋਣਾ ਨਾਲ ਅਤੇ ਬਾਪੂ ਜੀ ਉਹਨਾਂ ਨਾਲ, ਨੀਲੇ ਖਾਨ ਦੇ ਪਰਿਵਾਰ ਦੇ ਨਾਲ ਅੱਜ ਆਪਾਂ ਪੂਰੀ ਗੱਲਬਾਤ ਜਿਵੇਂ ਕਰਾਂਗੇ, ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਘਰ ਦੇ ਵਿੱਚ ਬਹਿ ਕੇ ਕੀਤੀ, ਅਤੇ ਹੁਣ ਨੀਲੇ ਖਾਨ ਦੀ ਪੂਰੀ ਜ਼ਿੰਦਗੀ ਦੇ ਬਾਰੇ, ਉਹਦੇ ਗਾਣਿਆਂ ਬਾਰੇ, ਉਹਦੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਨੀਲੇ ਖਾਨ ਦਾ ਪੁੱਤਰ ਆਫਤਾਬ ਉਹ ਵੀ ਇੱਥੇ ਸਾਡੇ ਵਿਚਕਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਊ, ਆਪਾਂ ਉਹਨਾਂ ਸਾਰਿਆਂ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਅਤੇ ਆ ਜਾਓ ਸਾਡੇ ਨਾਲ।
ਦੋਸਤੋ ਇਸ ਵਕਤ ਬਾਈ ਵਾਹਗ ਅਲੀ ਖਾਨ ਹੋਰਾਂ ਦੇ ਨਾਲ, ਬਾਈ ਪ੍ਰਗਟ ਹੋਰਾਂ ਦੇ ਨਾਲ ਅਤੇ ਸਮੁੱਚੇ ਇਸ ਪ੍ਰੋਗਰਾਮ ਦੇ ਲਈ ਆਪਾਂ ਗੱਲਬਾਤ ਕਰਨ ਦੇ ਲਈ ਬੈਠੇ ਹਾਂ। ਨੀਲਾ ਖਾਂ ਵੀਰ ਦੀ ਜਿਹੜੀ ਜ਼ਿੰਦਗੀ ਹੈ ਇੱਕ ਗੀਤਕਾਰ ਦੇ ਤੌਰ 'ਤੇ ਕਿਵੇਂ ਵਿਚਰੀ ਹੈ ਅਤੇ ਕਿਵੇਂ ਉਸਨੇ ਪੰਜਾਬੀ ਗੀਤਕਾਰੀ ਦਾ ਜਿਹੜਾ ਬੁਲੰਦੀਆਂ ਨੂੰ ਛੋਇਆ ਅਤੇ ਕਿਵੇਂ ਜਿਹੜਾ ਲੋਕਾਂ ਦੇ ਵਿੱਚ ਨੀਲੇ ਖਾਂ ਦੀ ਜਿਹੜੀ ਕਲਮ ਹੈ ਉਹ ਪੁੱਜੀ, ਆਪਾਂ ਸਾਰੀਆਂ ਗੱਲਾਂ ਬਾਤਾਂ ਅਤੇ ਅੱਜ ਪਰਿਵਾਰ ਕਿਵੇਂ ਹੈ ਅਤੇ ਕਿਹੋ ਜਿਹੇ ਜਿਹੜੀ ਗਾਇਕਾਂ ਦਾ ਉਸ ਪਰਿਵਾਰ ਪ੍ਰਤੀ ਵਤੀਰਾ ਹੈ, ਆਪਾਂ ਪੂਰੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਬਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹਾਂਗਾ ਕਿ ਜਿਸ ਤਰ੍ਹਾਂ ਨੀਲੇ ਖਾਂ ਬਾਈ ਹੋਰਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਇਆ, ਮੈਂ ਚਾਹੂੰਗਾ ਮੋਟੇ ਜਿਹੇ ਤੌਰ 'ਤੇ ਪਹਿਲਾਂ ਦੱਸੋ ਵੀ ਕਿਹੜੇ ਕਿਹੜੇ ਗਾਇਕ ਨੇ ਜਿਹੜੇ ਜਿਨ੍ਹਾਂ ਨੇ ਨੀਲੇ ਖਾਂ ਹੋਰਾਂ ਦੀ ਕਲਮ ਨੂੰ ਆਪਣੀ ਆਵਾਜ਼ ਦਿੱਤੀ ਹੈ। ਬਾਈ ਜੀ, ਗੱਲ ਇਹ ਹੈ ਵੀ ਨੀਲੇ ਖਾਂ ਦੇ ਗਾਣੇ ਨੂੰ ਪਹਿਲਾਂ, ਸਭ ਤੋਂ ਪਹਿਲਾਂ ਤਾਂ ਬਲਕਾਰ ਸਿੱਧੂ ਨੇ, ਦੋ ਗੱਲਾਂ ਕਰੀਏ, ਧਰਮਪ੍ਰੀਤ, ਹਰਦੇਵ ਮਾਈ ਨੰਗਲ, ਦੀਪ ਢਿੱਲੋਂ, ਸੁਰਜੀਤ ਭੁੱਲਰ, ਮਿੰਟੂ ਤੁਰੀ ਅਤੇ ਹੋਰ ਵੀ ਕਾਫੀ ਕਲਾਕਾਰਾਂ ਨੇ, ਮੰਨ ਲਓ ਵੀ ਨਾਮਵਰ ਕਲਾਕਾਰਾਂ ਨੇ ਗਾਇਆ। ਜਿਸ ਤਰ੍ਹਾਂ ਨੀਲੇ ਖਾਂ ਹੋਰਾਂ ਦੀ ਕਲਮ ਹੀ ਦੱਸਦੀ ਹੈ ਕਿ ਜਿਵੇਂ ਬਠਿੰਡਾ ਬੀਕਾਨੇਰ ਹੋ ਗਿਆ ਜਾਂ ਨਨਕਾਣਾ ਗਾਣੇ ਦੀ ਗੱਲ ਕਰੀਏ ਅਤੇ ਹੋਰ ਵੀ ਬੜੇ ਚੋਟੀ ਦੇ ਜਿਹੜੇ ਗਾਣੇ ਉਹਨਾਂ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਆ ਰਹੇ ਨੇ ਅਤੇ ਪਿੱਛੇ ਜੇ ਇੱਕ ਦੋ ਗੱਲਾਂ ਜਿਹੜੀਆਂ ਪਰਿਵਾਰ ਵੱਲੋਂ ਵੀ ਸਾਹਮਣੇ ਆਈਆਂ, ਤੁਸੀਂ ਵੀ ਮੇਰਾ ਖਿਆਲ ਉਹਨਾਂ ਦੇ ਛੋਟੇ ਭਰਾ ਹੋ, ਤੁਸੀਂ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਡੇ ਪਰਿਵਾਰ ਦੇ ਨਾਲ ਜਿਹੜਾ ਜਿੰਨਾ ਕੁ ਇਨਸਾਫ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਹੋਇਆ, ਤੁਸੀਂ ਗਾਇਕਾਂ ਤੋਂ ਆਸ ਰੱਖਦੇ ਹੋ ਕਿ ਉਹ ਤੁਹਾਡੇ ਪਰਿਵਾਰ ਦੇ ਨਾਲ ਖੜਨ, ਤੁਹਾਡੇ ਮਨ 'ਚ ਹੈ? ਸਰ, ਨਾਲ ਖੜਨ ਦੀ ਕੋਈ ਆਸ ਹੈ, ਠੀਕ ਹੈ ਵੀ ਜਿਹੜੀ ਮੰਨ ਲਓ ਅੱਜ ਕੱਲ੍ਹ ਚੱਲ ਰਿਹਾ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੇ ਨਾਲ ਦੇ ਬੰਦੇ ਵੀ ਕਹਿ ਰਹੇ ਜਾਂ ਪੈਸੇ ਦੀ ਮੰਗ ਕਰ ਰਹੇ ਆ ਜਾਂ ਕੋਈ ਇੱਦਾਂ ਦੀ, ਪੈਸੇ ਦੀ ਕੋਈ ਮੰਗ ਨਹੀਂ ਸਾਡੇ ਪਰਿਵਾਰ ਵੱਲੋਂ ਨਾ, ਕਿਉਂਕਿ ਜਦੋਂ ਸਾਡੇ ਨਾਲ ਦਾ ਜੰਮਾ ਹੀ ਨਹੀਂ ਰਿਹਾ ਸਾਨੂੰ ਪੈਸੇ ਦੀ ਕੋਈ ਉਹ ਨਹੀਂ, ਮੰਨ ਲਓ ਪੈਸੇ ਦੀ ਅਸੀਂ ਮੰਗ ਨਹੀਂ ਕਰਦੇ ਅਤੇ ਸੋਸ਼ਲ ਮੀਡੀਆ 'ਤੇ ਉਹਨਾਂ ਦਾ ਇੱਕ ਹੈਗਾ ਆਪਣਾ, ਮੈਂ ਤਾਂ ਉਹਨਾਂ ਦਾ ਨਾਮ ਵੀ ਨਹੀਂ ਜਾਣਦਾ, ਸੰਧੂ ਸੁਰਜੀਤ, ਉਹ ਸੋਸ਼ਲ ਮੀਡੀਆ 'ਤੇ ਇੱਦਾਂ ਦੇ ਵੀਡੀਓ ਪਾ ਰਿਹਾ ਵੀ ਪਬਲਿਸਿਟੀ ਲਈ ਕਰ ਰਹੇ ਆ ਜੋ ਕੁਛ ਕਰ ਰਹੇ ਆ। ਅੱਜ ਤੋਂ 9 ਸਾਲ ਹੋ ਗਏ ਮੇਰੇ ਬ੍ਰਦਰ ਦੀ ਡੈਥ ਹੋਈ, 2011 ਦੇ ਵਿੱਚ ਡੈਥ ਹੋਈ, ਹਾਂਜੀ ਹਾਂਜੀ, ਅਤੇ ਅੱਜ ਤੱਕ ਅਸੀਂ ਕਿਸੇ ਕਲਾਕਾਰ ਤੋਂ ਵੀ ਪੈਸੇ ਦੀ ਮੰਗ ਨਹੀਂ ਕੀਤੀ, ਜਾਂ ਭੁੱਲਰ ਸਾਹਿਬ ਲਾ ਲਓ ਜਾਂ ਕੋਈ ਹੋਰ ਲਾ ਲਓ, ਕਿਸੇ ਨੂੰ ਵੀ ਨਹੀਂ ਕੀਤੀ, ਠੀਕ ਹੈ। 9 ਸਾਲਾਂ ਬਾਅਦ ਕੋਈ ਮੀਡੀਆ ਵਾਲਾ ਮੇਰਾ ਭਰਾ ਸਾਡੇ ਕੋਲ ਆਏ ਹੈ, ਉਹਨਾਂ ਨੇ ਸਾਡੀ ਮੰਨ ਲਓ ਤੁਹਾਡੇ ਤੱਕ ਲੋਕਾਂ ਤੱਕ ਆਵਾਜ਼ ਪਹੁੰਚਾਈ ਹੈ, ਹੈ ਨਾ, ਉਹਨਾਂ ਨੇ ਪੁੱਛਿਆ ਇੱਕ ਸਵਾਲ ਦਾ ਅਸੀਂ ਜਵਾਬ ਦਿੱਤਾ, ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡੀ ਕਲਾਕਾਰਾਂ ਨੇ ਕਿੰਨਾ ਨੇ ਮਦਦ ਕੀਤੀ, ਅਸੀਂ ਜਿੰਨੀ ਮਦਦ ਕੀਤੀ ਉਹਨੀ ਦੱਸੀ ਹੈ, ਕੋਈ ਉਹਦੇ 'ਚ ਵਧਾ ਚੜ੍ਹਾ ਕੇ ਨਹੀਂ ਗੱਲ ਕੀਤੀ, ਜੋ ਕਿਹਾ ਸੱਚ ਕਿਹਾ। ਜੇ ਕਿਸੇ ਨੂੰ ਸੱਚ ਦੇ ਇਸ ਤਰ੍ਹਾਂ ਕੋਈ ਉਹ ਹੈ ਤਾਂ ਉਹ ਸਾਡੇ ਨਾਲ, ਭੁੱਲਰ ਸਾਹਿਬ ਨੂੰ ਵੀ ਮੈਂ ਇਸ ਤਰ੍ਹਾਂ ਦੀ ਬੇਨਤੀ ਕਰਦਾ ਵੀ ਮੇਰਾ ਭਰਾ ਸੀ ਉਸਨੂੰ ਹਮੇਸ਼ਾ ਨੀਲੇ ਵਾਂਗੂ ਸਮਝਿਆ, ਠੀਕ ਹੈ। ਜੇ ਕੋਈ ਇੱਦਾਂ ਦੀ ਗੱਲ ਉਹਨੂੰ ਕੋਈ ਗਲਤ ਲੱਗੀ ਸੀ ਸਾਡੇ ਇੰਟਰਵਿਊ 'ਚ ਤਾਂ ਮੈਨੂੰ ਫੋਨ ਕਰਦਾ, ਸਾਡਾ ਉਹਨਾਂ ਕੋਲ ਨੰਬਰ ਵੀ ਹੈ, ਸਾਰਾ ਮੈਨੂੰ ਜਾਣਦਾ ਕਰਦਾ ਵੀ ਸਭ ਕੁਛ ਕਰਦਾ, ਹੈ ਨਾ। ਵੀ ਉਹਨਾਂ ਨੇ ਇੱਕ ਡਿਊਟੀ ਲਾਤੀ ਸੰਧੂ ਸੁਰਜੀਤ ਦੀ ਵੀ ਉਹ ਸੰਧੂ ਸੁਰਜੀਤ ਨੇ ਜਿਹੜੇ ਚੈਨਲ ਮੇਰੀ ਵੀਡੀਓ ਕਰਕੇ ਗਏ ਆ ਉਹਨਾਂ ਨੂੰ ਆਪ ਵੀ ਫੋਨ ਕਰਦਾ ਰਿਹਾ ਵੀ ਇਸ ਮਸਲੇ 'ਚ ਮੇਰੀ ਵੀਡੀਓ ਕਰਕੇ ਲੈ ਕੇ ਜਾਓ। ਪਰ ਸੁਰਜੀਤ ਭੁੱਲਰ ਹੋਰਾਂ ਦਾ ਤਾਂ ਇੱਥੇ ਸਪਸ਼ਟੀਕਰਨ ਆਇਆ ਜਿਹੜਾ ਸਾਹਮਣੇ ਆ ਕੇ ਉਹਨਾਂ ਨੇ ਪ੍ਰਗਟ ਵੀਰ ਉਹ ਦੱਸ ਰਹੇ ਨੇ, ਜਿਸ ਤਰ੍ਹਾਂ ਵਾਹਗ ਅਲੀ ਜੀ ਕਿ ਜਿਹੜਾ ਮੈਂ ਸੰਧੂ ਸੁਰਜੀਤ ਨੂੰ ਨਹੀਂ ਕਿਹਾ ਉਹ ਤਾਂ ਇੱਕ ਸਿਰਫ ਮੇਰਾ ਪਿਆਰ ਕਰਦਾ ਜਿਵੇਂ ਇੱਕ ਭਰਾ ਮੇਰੇ ਗੱਲ ਕਹਿਣ ਅਤੇ ਉਹ ਪ੍ਰੋਗਰਾਮ ਨੂੰ ਵੇਖਣ ਤੋਂ ਬਾਅਦ ਸਾਹਮਣੇ ਆਇਆ। ਨਹੀਂ ਜੀ, ਸੰਧੂ ਸੁਰਜੀਤ ਕਿਸੇ ਹੋਰ ਕਲਾਕਾਰ ਨੇ ਨਾ ਇੱਦਾਂ ਕਹਿਤਾ, ਸੰਧੂ ਸੁਰਜੀਤ ਕਹਿ ਰਿਹਾ ਵੀ ਮੇਰੀ ਭੁੱਲਰ ਸਾਹਿਬ ਨਾਲ ਨੇੜਤਾ, ਉਹ ਨੇੜਤਾ ਤਾਂ ਮੰਨ ਲਓ ਵੀ ਉਹਦਾ ਇੱਕ ਪੱਖ ਹੀ ਕਰੀ ਜਾਂਦਾ ਨਾ, ਉਹਨੇ ਸਾਡੀ ਗੱਲ ਨਹੀਂ ਸੁਣੀ। ਜੇ ਸੰਧੂ ਸੁਰਜੀਤ ਇਸ ਝਮੇਲੇ ਨੂੰ ਸੁਲਝਾਉਣਾ ਹੀ ਚਾਹੁੰਦਾ ਸੀ ਤਾਂ ਉਹ ਸਾਨੂੰ ਇਕੱਠਿਆਂ ਨੂੰ ਬਿਠਾਉਂਦਾ, ਫਿਰ ਆਪਾਂ ਮੰਨਦੇ ਵੀ ਹਾਂ ਉਹ ਦੋਨਾਂ ਦਾ ਪੱਖ ਕਰ ਰਿਹਾ। ਉਹ ਇੱਕ ਪੱਖ ਦੀ ਗੱਲ ਕਰੀ ਜਾਂਦਾ ਵੀ ਕਲਾਕਾਰ ਦੀ ਕਿਹੜਾ ਕੋਈ ਡਿਪਲੋਮਾ ਜਾਂ ਡਿਗਰੀ ਕੀਤੀ ਹੁੰਦੀ ਹੈ ਵੀ ਕਲਾਕਾਰ ਨੂੰ ਤਾਂ ਜਿੰਨੇ ਪੈਸੇ ਦਿੱਤੇ ਉਹਨੇ ਬਹੁਤ ਹੈ। ਮੈਂ ਵੀ ਤੁਹਾਡੇ ਚੈਨਲ ਦੇ ਜ਼ਰੀਏ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਸੰਧੂ ਸੁਰਜੀਤ ਖੁਦ ਇੱਕ ਗੀਤਕਾਰ ਹੈ,
ਵੀ ਜੇ ਉਹ ਗੀਤਕਾਰ ਹੈ ਵੀ ਮੰਨ ਲਓ ਉਹਨਾਂ ਦੀ ਪੇਮੈਂਟ ਮੈਂ ਆਪਦੇ ਤੌਰ 'ਤੇ ਉਹਨਾਂ ਨੂੰ 500-500 ਰੁਪਏ 'ਚ ਉਹਨਾਂ ਦੇ ਗਾਣੇ ਖਰੀਦਦਾ ਜੋ ਦੇਣਾ ਚਾਹੁੰਦੇ ਆ ਨਾ ਵੀ ਕਲਾਕਾਰ ਦੀ ਕਿਹੜਾ ਕੋਈ ਡਿਗਰੀ ਹੈ ਜਾਂ ਡਿਪਲੋਮਾ ਹੈ ਉਹਨਾਂ ਨੂੰ ਵੀ 500 ਬਹੁਤ ਹੈ ਤੁਹਾਡਾ ਕਹਿਣ ਦਾ ਭਾਵ ਗਾਣੇ ਦਾ ਕੋਈ ਮੁੱਲ ਨਹੀਂ ਕੋਈ ਮੁੱਲ ਨਹੀਂ ਉਹ ਨੀਲੇ ਖਾਨ ਦੇ ਗੀਤਾਂ ਦੀ ਮੰਨ ਲਓ 500-500 ਰੁਪਏ ਹੀ ਪੇਮੈਂਟ ਮੰਨਦਾ ਉਹ ਵੀ ਗੀਤਕਾਰ ਦੀ ਕੋਈ ਮੰਨ ਲਓ ਜਿੰਨੀ ਵੀ ਪੇਮੈਂਟ ਦੇਤੀ ਨੀਲੇ ਖਾਨ ਨੂੰ ਉਹਨੀ ਜਾਇਜ਼ ਹੈ ਜੀ ਬਾਗਲੀ ਵੀਰ ਜਿਹੜਾ ਸੁਰਜੀਤ ਭੁੱਲਰ ਹੋਰਾਂ ਨੇ ਇਹ ਗੱਲ ਵੀ ਕਲੀਅਰ ਕੀਤੀ ਹੈ ਕਿ ਜਿਸ ਤਰ੍ਹਾਂ ਵੀ ਮੈਂ ਜਿੰਨੇ ਜੋਗਾ ਸੀਗਾ ਜਾਂ ਜਿੱਥੇ ਤੱਕ ਮੇਰਾ ਹੱਕ ਬਣਦਾ ਸੀ ਮੈਂ ਉਹਨਾਂ ਨੂੰ ਉਹ ਭੋਗ ਸਮੇਂ ਵੀ ਜਿਹੜਾ ਆਪਣੇ ਵੱਲੋਂ ਬਣਦਾ ਤਿਲ ਫੋਲਾ ਉਹ ਪਰਿਵਾਰ ਨੂੰ ਦੇ ਕੇ ਆਇਆਂਗਾ ਸਰ ਭੋਗ ਤੇ ਉਹਨਾਂ ਨੇ ਦਿੱਤਾ ਸਾਨੂੰ 25,000 ਰੁਪਇਆ ਅੱਛਾ ਭੋਗ ਤੇ 25,000 ਰੁਪਏ ਦਿੱਤਾ ਉਹ ਇਦਾਂ ਦਿੱਤਾ ਵੀ ਬੱਚਿਆਂ ਦੀ ਇੱਕ ਮਦਦ ਹੈ ਉਹਨੇ ਪੇਮੈਂਟ ਨਹੀਂ ਦਿੱਤੀ ਉਹਨੇ ਕਿਹਾ ਵੀ ਬੱਚਿਆਂ ਦੀ ਮਦਦ ਹੈ ਪਰ ਅੱਜ ਉਹ ਕਹਿ ਰਿਹਾ ਵੀ ਮੈਂ ਪੇਮੈਂਟ ਮੰਨ ਲਓ 25,000 ਉਹ ਦਿੱਤਾ 25,000 ਬਾਅਦ ਦੇ ਗੀਤਾਂ ਦਾ ਦਿੱਤਾ ਉਹਨਾਂ ਦੇ ਹਿਸਾਬ ਨਾਲ ਸਾਡੇ ਕੋਲ ਮੰਨ ਲਓ 50,000 ਰੁਪਇਆ ਆ ਗਿਆ ਉਹ ਅਸੀਂ ਮਦਦ ਮੰਨਦੇ ਸੀ ਪਰ ਉਹਨੂੰ ਇੱਕ ਮੀਡੀਆ 'ਚ ਆ ਕੇ ਇਹ ਵੀ ਕਹਿਣਾ ਕਹਿਣਾ ਚਾਹੀਦਾ ਨਾ ਵੀ ਮੈਂ ਮਦਦ ਨਹੀਂ ਕੀਤੀ ਮੈਂ ਤਾਂ ਨੀਲੇ ਦੇ ਗੀਤਾਂ ਦੀ ਪੇਮੈਂਟ ਦਿੱਤੀ ਇਹ ਨਾ ਕਹੇ ਵੀ ਮੈਂ ਪਰਿਵਾਰ ਦੀ ਹੈਲਪ ਕਰਤੀ ਹੈਲਪ ਤਾਂ ਫਿਰ ਰਹੀ ਨਹੀਂ ਉਹ ਤਾਂ ਗੀਤਾਂ ਦੀ ਉਹਨੇ ਗੀਤ ਦਿੱਤੇ ਸੀ ਉਹਨੇ ਪੈਸੇ ਦਿੱਤੇ ਅਤੇ ਉਹ 5,000-5,000 ਰੁਪਏ ਜੇ ਆਪਾਂ ਉਸ ਹਿਸਾਬ ਨਾਲ ਲਾਈਏ ਤਾਂ ਨੀਲੇ ਦੇ ਸਾਰੇ ਗੀਤਾਂ ਦਾ 5,000-5,000 ਰੁਪਇਆ ਬਣਦਾ ਉਹ ਮੈਂ ਮੇਰੇ ਵੀਰਾਂ ਨੂੰ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਖਾਨ ਸਾਹਿਬ ਦੇ ਗੀਤਾਂ ਦੀ ਜੇ ਸੱਚਮੁੱਚ ਹੀ 5,000-5,000 ਰੁਪਇਆ ਪੇਮੈਂਟ ਬਣਦੀ ਹੈ ਤਾਂ ਅਸੀਂ ਮੀਡੀਆ ਤੋਂ ਮਾਫ਼ੀ ਮੰਗ ਲਾਂਗੇ ਵੀ ਅਸੀਂ ਗਲਤ ਕਿਹਾ ਨਹੀਂ ਨੀਲੇ ਖਾਨ ਜਦੋਂ ਗਾਣੇ ਲਿਖਦੇ ਸੀ ਲੋਕਾਂ ਦੇ ਵਿੱਚ ਜਾਂਦੇ ਸੀ ਉਸ ਵਕਤ ਤੁਸੀਂ ਭਰਾ ਗਏ ਤੁਹਾਡੇ ਨਾਲ ਤਾਂ ਬੁੱਕਲ ਖੁੱਲ੍ਹੀ ਹੋਊ ਦੱਸਦੇ ਹੋਣਗੇ ਕਿ ਆਪਾਂ ਫਲਾਨੇ ਗਾਇਕ ਨੂੰ ਗਾਣਾ ਦਿੱਤਾ ਜਾਂ ਫਲਾਨੀ ਕੰਪਨੀ ਨੂੰ ਦਿੱਤਾ ਆਪਾਂ ਨੂੰ ਇੰਨੇ ਕੁ ਪੈਸੇ ਮਿਲਦੇ ਆ ਕਦੇ ਹੁੰਦੀਆਂ ਸੀ ਗੱਲਾਂ ਬਾਤਾਂ ਸਾਨੂੰ ਸਾਰੀ ਗੱਲ ਦਾ ਹੀ ਪਤਾ ਜੀ ਭੁੱਲਰ ਸਾਹਿਬ ਕਹਿ ਰਿਹਾ ਵੀ ਉਹਦੇ ਭਰਾ ਨੂੰ ਤਾਂ ਅਸੀਂ ਪੱਖੋਂ ਕੈਂਚੀਆਂ ਮਿਲੇ ਹਾਂ ਉਸ ਗੱਲ ਦਾ ਵੀ ਨਹੀਂ ਪਤਾ ਹੋਣਾ ਜਾਂ ਮੇਰੇ ਪਿੰਡ ਆ ਯਾਰ ਮੈਨੂੰ ਸਾਰਾ ਪਤਾ ਮੇਰੇ ਨਾਲ ਦਾ ਜਿੰਮੇ ਵਾ ਸੀ ਸਾਡੇ ਸਾਰੀ ਗੱਲ ਦਾ ਜੀ ਸਾਰੇ ਜਿੰਨੇ ਗਰਾਊਂਡ ਦੇ ਵਿੱਚ ਉਹਨੂੰ ਕ੍ਰਿਕਟ ਦੇ ਨਾਲ ਬਹੁਤ ਜ਼ਿਆਦਾ ਮੋਹ ਸੀ ਨੀਲੇ ਨੂੰ ਜੀ ਤੇ ਉੱਥੇ ਵੀ ਸਾਰੇ ਪਿੰਡ ਤੋਂ ਵੀ ਪੁੱਛ ਸਕਦੇ ਹੋ ਤੁਸੀਂ ਵੀ ਉੱਥੇ ਉਹ ਗੱਲਾਂ ਹਰੇਕ ਨੂੰ ਦੱਸ ਦਿੰਦਾ ਜੀ ਸੱਚ ਗੱਲਾਂ ਵੀ ਜਿਸ ਟਾਈਮ ਇਹ ਗੱਲ ਕਹਿੰਦੇ ਸੀ ਵੀ ਪੇਮੈਂਟ ਸੁਰਜੀਤ ਭੁੱਲਰ ਕਹਿੰਦਾ ਵੀ ਮੈਂ ਪੇਮੈਂਟ ਦਿੱਤੀ ਹੈ ਉਹ ਵੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਕਿੰਨੀ ਦਿੱਤੀ ਹੈ ਕਿਉਂਕਿ ਉਸ ਟਾਈਮ ਨੀਲੇ ਨੇ ਗਰਾਊਂਡ ਦੇ ਵਿੱਚ ਇਹ ਗੱਲ ਹੋਈ ਸੀ ਸੁਬਾਹ ਦਾ ਟਾਈਮ ਸੀ ਜੀ ਕਹਿੰਦਾ ਵੀ ਮੈਂ ਚੱਲਿਆ ਮੈਨੂੰ ਕੋਈ ਥੋੜੇ ਜਿਹੇ ਪੈਸਿਆਂ ਦੀ ਲੋੜ ਆ ਵੀ ਬਾਈ ਨਾਲ ਗੱਲ ਕੀਤੀ ਹੈ ਵੀ ਮੈਂ ਕੈਂਚੀਆਂ ਤੇ ਜਾਣਾ ਪੱਖੋਂ ਕੈਂਚੀਆਂ ਸੁਰਜੀਤ ਭੁੱਲਰ ਦਾ ਉਸ ਟਾਈਮ ਆਰਤੀ ਪੈਲਸ ਹੁੰਦਾ ਜੀ ਬਰਨਾਲੇ ਉੱਥੇ ਪ੍ਰੋਗਰਾਮ ਸੀਗਾ ਅੱਛਾ ਤੇ ਉਸ ਤੋਂ ਬਾਅਦ ਡੀਰੇ ਦੇ ਸੱਟ ਵੀ ਵੱਜ ਗਈ ਸੀ ਆਉਂਦੇ ਦੇ ਤੇ ਉਹ ਹੁਣ ਸੁਰਜੀਤ ਭੁੱਲਰ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਵੀ 3,000 ਰੁਪਇਆ ਦਿੱਤਾ ਸੀ ਉਹਨਾਂ ਨੇ ਕਿਉਂਕਿ ਨੀਲਾ ਹਰੇਕ ਗੱਲ ਕਰਦਾ ਸੀ ਹਰੇਕ ਦੋਸਤ ਕੋਲੇ ਵੀ ਗੱਲ ਕਰਦਾ ਜਿਹੜਾ 3,000 ਨੀਲੇ ਖਾਂ ਨੂੰ ਸੱਟ ਲੱਗਣ ਤੇ ਦਿੱਤਾ ਸੀ ਤੁਸੀਂ ਆਪ ਉਦੋਂ ਕੋਲੇ ਸੀਗੇ ਮੇਰੇ ਨਾਲ ਉਹ ਮੁੰਡਾ ਗਿਆ ਸੀਗਾ ਜੀ ਇਸੇ ਪਿੰਡ ਦਾ ਹੀ ਅਸੀਂ ਗਰਾਊਂਡ ਦੇ ਵਿੱਚ ਇਕੱਠੇ ਸੀ ਸਾਰੇ ਅੱਛਾ ਤੇ ਉਹ ਉਸ ਚੀਜ਼ ਦਾ ਉਹ ਸਬੂਤ ਵੀ ਦੇ ਸਕਦਾ ਵੀ ਜੇ ਮੈਂ ਉਦੋਂ ਵੱਧ ਪੈਸੇ ਦਿੱਤੇ ਉਹ ਇੱਕ ਨਿੱਜੀ ਉਹਨੇ ਦਿੱਤਾ ਸੀ ਉਹਨੂੰ ਕੋਈ ਗੀਤ ਦਾ ਨਹੀਂ ਸੀ ਦਿੱਤਾ ਇਹੋ ਜਿਹਾ ਕੁਛ ਹੁੰਦਾ ਰਿਹਾ ਉਹ ਸਾਰੀਆਂ ਗੱਲਾਂ ਦੱਸਦਾ ਰਿਹਾ ਜਦੋਂ ਵੀਰ ਜੀ ਉਹਦੇ ਪਿੰਡ ਗਏ ਆ ਨਾ ਚੇਲਾ ਪਿੰਡ ਗਏ ਆ ਉੱਥੇ ਵੀ ਬਾਈ ਜੀ ਨੇ ਆ ਕੇ ਦੱਸਿਆ ਵੀ ਅਸੀਂ ਮੋਟਰ 'ਤੇ ਬੈਠੇ ਹਾਂ ਉੱਥੇ ਵੀ ਉਹਨੇ 3,000-3,500 ਰੁਪਏ ਦਿੱਤਾ ਉਹ ਵੀ ਸਾਡੇ ਕੋਲ ਜਿਉਂਦੇ ਜਾਗਦੇ ਸਬੂਤ ਪਏ ਆ ਪਰ ਅਸੀਂ ਇਸ ਗੱਲ ਨੂੰ ਮਸਲੇ ਨੂੰ ਵਧਾਉਣਾ ਨਹੀਂ ਚਾਹੁੰਦੇ ਇੱਕ ਗੱਲ ਦੱਸੋ ਤੁਸੀਂ ਇੱਕ ਗੱਲ ਕਰ ਰਹੇ ਸੀ ਤਾਂ ਸਾਹਮਣੇ ਆਈ ਸੀ ਉਹ ਗੱਲ ਕਿ ਮੋਟਰਸਾਈਕਲ ਦੀ ਵੀ ਕੋਈ ਦਿੱਕਤ ਆਈ ਸੀ ਕਿਸ ਤਰ੍ਹਾਂ ਟੁੱਟੀਆਂ ਸੀ ਮੇਰਾ ਖਿਆਲ ਉਸ ਵਕਤ ਵੀ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਸੀ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ ਬਿਲਕੁਲ ਸੱਚਾਈ ਹੈ ਜੀ ਉਹ ਭੁੱਲਰ ਸਾਹਿਬ ਮੇਰੇ ਸਾਹਮਣੇ ਆ ਕੇ ਬਹਿ ਜਾਣ ਮੇਰੇ ਸਾਹਮਣੇ ਮੈਂ ਗੱਲ ਕਰੂੰਗਾ ਭੁੱਲਰ ਸਾਹਿਬ ਖੁਦ ਕਹਿ ਰਹੇ ਆ ਕਿ ਮੇਰੇ ਸਾਹਮਣੇ ਆ ਕੇ ਗੱਲ ਕਰ ਮੈਂ ਵੀ ਖੁਦ ਕਹਿ ਰਿਹਾ ਜੀ ਮੈਂ ਵੀ ਕਹਿ ਰਿਹਾ ਸੰਧੂ ਸੁਰਜੀਤ ਕਹਿ ਰਿਹਾ ਵਿੱਚ ਉਹ ਬਿਨਾਂ ਹੀ ਆਪਦਾ ਹੀ ਵਿੱਚ ਝਮੇਲਾ ਆਪਦਾ ਹੀ ਪਾਈ ਜਾਂਦਾ ਉਹ ਬਬਲ ਸਿਟੀ ਵਾਧੂ ਉਹ ਭਾਲਦਾ ਉਹ ਸਾਡੇ ਪਰਿਵਾਰ ਨੂੰ ਕਹਿ ਰਿਹਾ ਵੀ ਬਬਲ ਸਿਟੀ ਅਸੀਂ ਕਹਿੰਦੇ ਵੀ ਜਿਸ ਤਰ੍ਹਾਂ ਦੇ ਸਾਡੇ ਪਰਿਵਾਰ ਦੇ ਹਾਲਾਤ ਆ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਸੰਧੂ ਸੁਰਜੀਤ ਦੇ ਉਦਾਂ ਹੋਣ ਉਹ ਬਬਲ ਸਿਟੀ ਕਰੇ ਠੀਕ ਆ ਉਹ ਸਾਡੇ ਪਰਿਵਾਰ ਨੂੰ ਬਬਲ ਸਿਟੀ ਕਰਦਾ ਕਹਿ ਰਿਹਾ ਤੇ ਅਸੀਂ ਸਾਨੂੰ ਪਤਾ ਵੀ ਅਸੀਂ ਆਪਦਾ ਟਾਈਮ ਪਾਸ ਕਿੱਦਾਂ ਕਰ ਰਹੇ ਹਾਂ ਇੱਕ 6,000-7,000 ਰੁਪਏ ਦੇ ਟਾਈਮ ਪਾਸ ਕਰ ਰਹੇ ਹਾਂ ਆ ਨੀਲੇ ਖਾਨ ਦਾ ਬੇਟਾ ਹੈ ਆਫਤਾਬ ਜੀ ਹਾਂਜੀ ਅਸੀਂ ਆਪਦਾ ਟਾਈਮ ਪਾਸ ਕਰਦੇ ਹਾਂ ਜੀ ਸਾਨੂੰ ਕਿਸੇ ਅੱਜ ਤੱਕ 9 ਸਾਲ ਹੋ ਗਏ ਮੇਰੇ ਭਰਾ ਦੀ ਡੈਥ ਹੋਈ ਨੂੰ ਕਿਸੇ ਕਲਾਕਾਰ ਤੋਂ ਅਸੀਂ ਪੈਸਾ ਮੰਗਿਆ ਨਹੀਂ ਕੋਈ ਵੀ ਸਬੂਤ ਕਰਦੇ ਵੀ ਜਾਂ ਬਾਗਲੀ ਨੇ ਜਾਂ ਉਹਦੇ ਬੱਚਿਆਂ ਨੇ ਜਾਂ ਮੇਰੇ ਮਾਤਾ ਪਿਤਾ ਨੇ ਕਿਸੇ ਨੂੰ ਵੀ ਫੋਨ ਲਾਇਆ
ਭੁੱਲਰ ਸਾਹਿਬ ਕਹਿ ਰਹੇ ਆ ਨਾ ਵੀ ਹੁਣ 11-9 ਸਾਲਾਂ ਬਾਅਦ ਉਹਨਾਂ ਨੂੰ ਕਿੱਦਾਂ ਆਫਤ ਆ ਗਈ। ਆਫਤ ਤਾਂ ਸਾਡੇ ਤੇ 2011 ਚ ਹੀ ਆ ਗਈ ਸੀ। ਮੈਂ ਭੁੱਲਰ ਸਾਹਿਬ ਨੂੰ ਵੀ ਬੇਨਤੀ ਕਰਦਾ ਮੇਰੇ ਭਰਾ ਨੂੰ ਵੀ ਆਫਤਾਂ ਦੀਆਂ ਗੱਲਾਂ ਨਾ ਕਰੇ, ਅਸੀਂ ਮਸਾਂ ਆਪਦੇ ਬੱਚੇ ਗੱਭਰੂ ਕੀਤੇ ਆ ਬਰਾਬਰ। ਇਹ ਵੀ ਬਾਗਲੀ ਇਹ ਵੀ ਗੱਲ ਹੁੰਦੀ ਹੈ ਪ੍ਰਗਟ ਵੀਰ, ਜਿਸ ਤਰ੍ਹਾਂ ਆਪਾਂ ਵੇਖਦੇ ਉਹਨਾਂ ਨੂੰ ਗਿਆਨ ਨੂੰ ਇੰਨਾ ਸਮਾਂ ਹੋ ਗਿਆ, ਨੀਲੇ ਖਾਂ ਜੀ ਉਹ ਚਲੇ ਗਏ ਨੇ, ਪਰ ਉਸ ਤੋਂ ਕਾਫੀ ਟਾਈਮ ਬਾਅਦ ਤੁਸੀਂ ਲੋਕਾਂ ਦੇ ਸਾਹਮਣੇ ਆਉਂਦੇ ਹੋ। ਇਹ ਕਿਤੇ ਨਾ ਕਿਤੇ ਕਿਸੇ ਮਨ 'ਚ ਜਾਂਦੀ ਹੈ ਵੀ ਸ਼ਾਇਦ ਕਿਸੇ ਨੇ ਤੁਹਾਨੂੰ ਜ਼ਰੂਰ ਇਸ ਗੱਲ ਲਈ ਉਕਸਾਇਆ ਹੋਊਗਾ। ਉਕਸਾਇਆ ਸਾਨੂੰ ਕਿਸੇ ਨੇ ਨਹੀਂ, ਜਿਸ ਤਰ੍ਹਾਂ ਮੰਨ ਲਓ ਚੈਨਲ ਆਇਆ ਕੋਈ ਮੇਰੇ ਗਾਣੇ ਗੁਰੂ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਗੀਤਕਾਰ ਜਿਹੜੇ ਗਾਇਕਾਂ ਨੂੰ ਲੈ ਕੇ ਸਾਹਮਣੇ ਆ ਰਹੇ ਨੇ, ਕਿਤੇ ਇਹ ਤਾਂ ਨਹੀਂ ਵੀ ਤੁਹਾਡੀ ਇਹ ਪਲੈਨਿੰਗ ਸੀ ਵੀ ਹੁਣ ਮੌਕਾ? ਕੋਈ ਪਲੈਨਿੰਗ ਨਹੀਂ, ਕੋਈ ਪਲੈਨਿੰਗ ਨਹੀਂ ਜੀ, ਅਸੀਂ ਪੈਸੇ ਦੀ ਮੰਗ ਕੀਤੀ ਨਹੀਂ ਨਾ। ਜੇ ਪਲੈਨਿੰਗ ਤਾਂ ਸਾਡੀ ਤਾਂ ਹੋਵੇ ਵੀ ਜੇ ਅਸੀਂ ਕਹਿ ਰਹੇ ਵੀ ਸਾਨੂੰ ਦਿਓ, ਵੀ ਉਦੋਂ ਨੀਲੇ ਨੂੰ ਨਹੀਂ ਦਿੱਤੇ ਸਾਨੂੰ ਦਿਓ, ਅਸੀਂ ਪੈਸਾ ਨਹੀਂ ਮੰਗਦੇ ਸੀ। ਅੱਜ ਵੀ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦੇ ਵੀ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਣਾ, ਸਾਨੂੰ ਕੋਈ ਝਾਕ ਨਹੀਂ ਪੈਸੇ ਦੀ। ਜਦੋਂ ਸਾਡੇ ਨਾਲ ਦਾ ਨਹੀਂ ਰਿਹਾ ਸਾਨੂੰ ਅਸੀਂ ਪੈਸਾ ਕਰਨਾ ਕੀ ਹੈ ਜੀ? ਠੀਕ ਹੈ ਨਾ, ਪੈਸੇ ਦੀ ਕੋਈ ਨਹੀਂ। ਉਹਨਾਂ ਨੇ ਸਾਨੂੰ, ਪੱਤਰਕਾਰਾਂ ਨੇ ਮੰਨ ਲਓ ਚੈਨਲ ਨੇ ਸਵਾਲ ਪੁੱਛਿਆ, ਅਸੀਂ ਸਵਾਲ ਦਾ ਜਵਾਬ ਦਿੱਤਾ। ਉਹਨਾਂ ਨੇ ਪੁੱਛਿਆ ਵੀ ਤੁਹਾਡੀ ਕਿਹੜੇ ਕਿਹੜੇ ਕਲਾਕਾਰਾਂ ਨੇ ਮਦਦ ਕੀਤੀ ਹੈ। ਜਦੋਂ ਕਿਸੇ ਨੇ ਨਹੀਂ ਕੀਤੀ ਅਸੀਂ ਕਿੱਦਾਂ ਕਹਿ ਦਾਂਗੇ ਵੀ ਸਾਨੂੰ ਫਲਾਣਾ 1,00,000 ਰੁਪਏ ਦੇ? ਅਸੀਂ ਨਹੀਂ ਕਹਿ ਸਕਦੇ। ਜਿੰਨਾ ਦਿੱਤਾ ਹੈ ਅਸੀਂ ਭੁੱਲਰ ਨੂੰ, ਭੁੱਲਰ ਸਾਹਿਬ ਨੂੰ ਅਸੀਂ 20 ਵੀ ਕਹਿ ਸਕਦੇ ਸੀ, 15 ਵੀ ਕਹਿ ਸਕਦੇ ਸੀ, 25 ਕਿਉਂ ਕਿਹਾ? ਜਿੰਨਾ ਸਾਨੂੰ ਆਇਆ ਉਨਾ ਹੀ ਕਹਾਂਗੇ ਨਾ। ਜੇ ਉਹ ਭੋਗ ਵਾਲਾ ਵੀ ਪੈਸਾ ਉਹ ਵਿੱਚ ਉਹ ਕਰਨਾ ਚਾਹੁੰਦੇ ਆ ਪੇਮੈਂਟਾਂ 'ਚ, ਤਾਂ ਉਹ ਮੀਡੀਆ 'ਚ ਸਾਹਮਣੇ ਆ ਕੇ ਕਹਿਣ ਵੀ ਮੈਂ ਮਦਦ ਕੋਈ ਨਹੀਂ ਕੀਤੀ ਪਰਿਵਾਰ ਦੀ, ਮੈਂ ਤਾਂ ਨੀਲੇ ਨੂੰ 5,000 ਰੁਪਏ ਦੇ ਹਿਸਾਬ ਨਾਲ ਪੇਮੈਂਟ ਦਿੱਤੀ। ਜਦੋਂ ਨੀਲੇ ਖਾਂ ਜੀ ਦਾ ਭੋਗ ਸੀਗਾ ਲੋਕਾਂ ਦਾ ਇਕੱਠ ਸੀ, ਤੁਸੀਂ ਉਦੋਂ ਪਿੰਡ ਵਾਲਿਆਂ ਨੇ ਤੁਸੀਂ ਉਦੋਂ ਵੀ ਉਹ ਦੱਸ ਰਿਹਾ ਕਿ ਧੱਕਾ ਕੀਤਾ ਭੋਗ 'ਤੇ, ਦੁੱਖ ਦੇ ਸੁੱਖ ਦੇ ਆਪਣੀ ਇੱਕ ਰਸਮ ਹੈ, ਹਰ ਲੋਕ ਆਉਂਦੇ ਨੇ ਜਾਂਦੇ ਨੇ, ਉਸ ਵਕਤ ਕੋਈ ਕਿਸੇ ਨੂੰ ਸਵਾਲ ਜਵਾਬ ਕਰਨ ਤੋਂ ਵੀ ਬਚਦਾ, ਪਰ ਤੁਸੀਂ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾ ਕੇ ਜਾਂ ਉੱਥੇ ਅੰਦਰ ਕੋਲ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅੱਜ ਤੱਕ ਨੀਲੇ ਖਾਂ ਨੂੰ ਕੀ ਦਿੱਤਾ, ਉਹਨਾਂ ਦੇ ਗਾਣਿਆਂ ਦਾ ਕੀ ਨਹੀਂ ਦਿੱਤਾ, ਤੁਸੀਂ ਉਹਨਾਂ ਨੂੰ ਇੱਦਾਂ ਦੇ ਸਵਾਲ ਜਵਾਬ ਕਰਦੇ ਰਹੇ? ਭੋਗ ਦਾ ਪ੍ਰਬੰਧ ਜਿਹੜਾ ਕੀਤਾ ਸੀ ਅਸੀਂ ਕੀਤਾ ਸੀ ਜੀ ਲਾ ਕੇ, ਜਦੋਂ ਮੈਨੂੰ ਪਤਾ ਲੱਗਿਆ ਵੀ ਨੀਲੇ ਦੇ ਪ੍ਰਸ਼ੰਸਕ ਸੀ ਕੁਛ ਉਹਦੇ ਰਿਸ਼ਤੇਦਾਰ, ਕੁਛ ਪਰਿਵਾਰਕ ਮੈਂਬਰ ਵੀ ਸੀਗੇ ਜੀ ਜੀ, ਵੀਰ ਦਵਿੰਦਰ ਅਤੇ ਭੁੱਲਰ ਸਾਹਿਬ ਸੀਗੇ ਜੀ, ਦੋਨੇ ਅੰਦਰ ਬੈਠੇ ਸੀ। ਜੇ ਸਾਨੂੰ ਪਤਾ ਲੱਗਿਆ ਵੀ ਕੋਈ ਹੁੱਲੜਬਾਜ਼ੀ ਨਾ ਹੋ ਜੇ, ਕੋਈ ਇੱਦਾਂ ਦੀ ਗੱਲ ਨਾ ਹੋ ਜੇ, ਅਸੀਂ ਆਪਦੇ ਕੰਮਾਂ ਧੰਦਿਆਂ ਦੇ ਵਿੱਚ ਬਿਜ਼ੀ ਸੀ। ਮੈਂ ਉੱਥੇ ਪਹੁੰਚਿਆ, ਦੇਖਿਆ ਕਿ ਨੌਜਵਾਨ ਕਾਫੀ ਕਹਿ ਰਹੇ ਸੀ ਤੁਸੀਂ ਵੀ 25,000 ਦਿੱਤਾ ਜੀ, ਇੰਨੀ ਕਿੰਨੀ ਕੀਮਤ ਹੈ ਇਹ, ਤੁਸੀਂ ਕੀ ਦੇ ਰਹੇ ਹੋ, ਬਹੁਤ ਬਹੁਤ ਕੁਛ ਕਹਿ ਰਹੇ ਸੀ ਜੀ ਜੀ। ਅਸੀਂ ਉਹ ਗੱਲ ਨੂੰ ਨਿਬੇੜਨਾ ਚਾਹਿਆ, ਚਲੋ ਭੁੱਲਰ ਸਾਹਿਬ ਨੇ ਇੱਦਾਂ ਕਿਹਾ ਵੀ ਮੈਂ ਪਰਿਵਾਰ ਦੇ ਨਾਲ ਖੜਾਂਗਾ, ਅੱਜ ਮੈਂ ਮੇਰੇ ਕੋਲ 25,000 ਆ, ਮੈਂ 25,000 ਦੇ ਰਿਹਾ ਜੀ ਜੀ। ਉਸ ਤੋਂ ਬਾਅਦ ਮੈਂ ਬੱਚਿਆਂ ਦੀ ਪੜ੍ਹਾਈ ਦਾ ਜਾਂ ਕੁਝ ਜਿੱਦਾਂ ਵੀ ਪਰਿਵਾਰ ਨੂੰ ਲੋੜ ਹੋਊਗੀ ਮੈਂ ਪਰਿਵਾਰ ਦੇ ਨਾਲ ਖੜੂੰਗਾ। ਦੇਖੋ ਭੁੱਲਰ ਸਾਹਿਬ ਉਦੋਂ ਬਾਅਦ ਗਾਣੇ ਲੈਣ ਤਾਂ ਉਹ ਆ ਸਕਦੇ ਆ, ਚਲੋ ਆਪਣੀ ਲਾਈਫ ਦੇ ਵਿੱਚ ਹਰ ਇੱਕ ਬੰਦਾ ਬਿਜ਼ੀ ਹੁੰਦਾ, ਨਹੀਂ ਟਾਈਮ ਹੈਗਾ ਪਰਿਵਾਰ ਨੂੰ ਮਿਲਣ ਦਾ, ਪੈਸਾ ਵੀ ਸਭ ਕੁਝ ਨਹੀਂ ਹੁੰਦਾ, ਘੱਟ ਤੋਂ ਘੱਟ ਉਹ ਮਾਤਾ ਨੂੰ ਕਾਲ ਤਾਂ ਕਰ ਸਕਦੇ ਸੀ, ਉਹ ਮਾਤਾ ਸਾਨੂੰ ਦੇਖਦੇ ਆ, ਅਸੀਂ ਨੀਲੇ ਦੇ ਕਲਾਸ ਫੈਲੋ ਆ, ਅਸੀਂ ਉਹਦੇ ਹਾਣੀ ਹੈ, ਸਾਨੂੰ ਦੇਖਦੇ ਆ, ਸਾਨੂੰ ਸਾਥੀ ਨਾਲ ਲੱਗ ਕੇ ਉਹਨਾਂ ਦਾ ਮਨ ਠੰਡਾ ਹੋ ਜਾਂਦਾ। ਜਦ ਭੁੱਲਰ ਸਾਹਿਬ ਨੂੰ ਉਹ ਆਪਣਾ ਪੁੱਤਰ ਮੰਨ ਰਹੇ ਸੀ ਤੇ ਉਹਨਾਂ ਨੀਲੇ ਦੇ ਵਿੱਚ ਤੇ ਭੁੱਲਰ ਸਾਹਿਬ ਦੇ ਵਿੱਚ ਕਦੇ ਫਰਕ ਨਹੀਂ ਸਮਝਿਆ, ਸਾਡੇ ਤੇ ਨੀਲੇ ਦੇ ਵਿੱਚ ਵੀ ਕਦੇ ਫਰਕ ਨਹੀਂ ਸਮਝਦੇ, ਉਹ ਆਉਂਦਾ ਉਹਨਾਂ ਨਾਲ ਕਾਲ ਕਰਦਾ, ਉਹਨਾਂ ਦਾ ਮਨ ਠੰਡਾ ਹੁੰਦਾ, ਉਹਨਾਂ ਦੀਆਂ ਆਂਦਰਾਂ ਠਰਦੀਆਂ, ਪਰਿਵਾਰ ਨੂੰ ਦੁੱਖ ਨਾ ਹੁੰਦਾ, ਗਿਲਾ ਵੀ ਤਾਂ ਆਪਾਂ ਆਪਣੇ 'ਤੇ ਹੀ ਕਰਦੇ ਹਾਂ। ਜੇ 9 ਸਾਲਾਂ ਬਾਅਦ ਲੋਕ ਕਹਿੰਦੇ ਹੈਗੇ, ਆਮ ਗੱਲ ਸੁਣੀ ਆਪਾਂ ਹੈ ਨਾ ਵੀ 9 ਸਾਲਾਂ ਬਾਅਦ ਹੀ ਪਰਿਵਾਰ ਕਿਉਂ ਬੋਲਿਆ, ਬਿਲਕੁਲ 9 ਸਾਲ ਉਹਦੇ ਪਿਆਰ ਦੀ ਉਡੀਕ ਕੀਤੀ, ਉਹਦੇ ਦੀਦਾਰ ਦੀ ਉਡੀਕ ਕੀਤੀ। ਤੁਸੀਂ ਕਿਸੇ ਨੇ ਕੋਸ਼ਿਸ਼ ਕੀਤੀ ਵੀ ਸਰਜੀਤ ਭੁੱਲਰ ਜੀ ਹੋਰਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਮਾਪੇ ਉਡੀਕ ਰਹੇ ਨੇ? ਮੇਰੀ ਨਾ ਗੱਲ ਮੇਲੇ ਵਾਸਤੇ ਹੋਈ ਆ, ਮੇਲੇ 'ਤੇ 2 ਵਾਰੀ ਆਏ ਆ ਜ਼ਰੂਰ, ਹੈ ਨਾ, ਮੇਲੇ 'ਤੇ ਆਏ ਆ, ਪਰ ਉਹ ਮਾਤਾ ਪਿਤਾ ਨੂੰ ਉਦੋਂ ਵੀ ਨਹੀਂ ਮਿਲ ਕੇ ਗਿਆ, ਘਰੇ ਨਹੀਂ ਆਏ? ਨਹੀਂ, ਘਰੇ ਨਹੀਂ ਆਏ ਸਾਡੇ। ਦੇਖੋ ਗੈਰੀ ਸੰਧੂ ਭਾਅ ਜੀ ਆਏ ਆ, ਮਾਸਟਰ ਸਲੀਮ ਜੀ ਆਏ ਆ, ਖਾਨ ਸਾਹਿਬ ਆਏ ਆ, ਕਮਲ ਖਾਨ, ਫਿਰੋਜ਼ ਖਾਨ, ਜਿਨ੍ਹਾਂ ਨੇ ਬਾਈ ਨੀਲੇ ਦਾ ਗਾਣਾ ਵੀ ਨਹੀਂ ਗਾਇਆ, ਉਹ ਵੀ ਬੰਦੇ ਸਾਡੇ ਮੰਨ ਲਓ ਬਿਨਾਂ ਪੇਮੈਂਟ ਤੋਂ ਆਏ ਆ।
ਤੇ 2 ਵਜੇ ਤੱਕ ਰਾਤ ਨੂੰ ਮਾਤਾ ਪਿਤਾ ਕੋਲੇ ਬੈਠੇ ਵੀ ਰਹੇ ਆ, ਗੱਲਾਂ ਬਾਤਾਂ ਵੀ ਕੀਤੀਆਂ ਉਹਨਾਂ ਨਾਲ, ਦੁੱਖ ਸਾਂਝਾ ਕੀਤਾ ਵੀ ਕੀ ਗੱਲ ਸੀ, ਕਿੱਦਾਂ ਹੋਈ ਹੈ, ਕਿਉਂਕਿ ਉਹਨਾਂ ਨੇ ਨੀਲੇ ਖਾਨ ਨੂੰ ਦੇਖਿਆ ਨਹੀਂ ਸੀ। ਉਹ ਆਏ ਆ, ਇਹ ਆਏ ਆ, ਭੁੱਲਰ ਸਾਹਿਬ ਆਏ ਆ, ਭੁੱਲਰ ਸਾਹਿਬ ਨੇ ਮੈਨੂੰ ਉੱਥੋਂ ਕਿਹਾ ਸੀ ਪੇਮੈਂਟ ਬਾਰੇ ਵੀ ਕੁੜੀ ਇਹ ਕਹਿ ਰਹੇ ਨਾ ਵੀ ਅਸੀਂ ਪੇਮੈਂਟ ਨਹੀਂ ਰਹਿਤੀ, ਪੇਮੈਂਟ ਮੈਂ ਕਹਿੰਦਾ ਵੀ ਮੈਂ ਗੁਰਦੁਆਰੇ ਚੜ੍ਹਦਾ ਆਪਦੇ ਬੱਚਿਆਂ ਨੂੰ ਲੈ ਕੇ ਉਹ ਚੜ੍ਹ ਜਾਣ, ਠੀਕ ਹੈ, ਪੇਮੈਂਟ ਮੈਂ ਖੁਦ ਕੀਤੀ ਹੈ 6,000 ਰੁਪਇਆ ਕੁੜੀ ਦੀ ਜਿਹੜੀ ਉਹ ਨਾਲ ਸਹਾਇਕ ਬੈਗ ਸੀ, ਜੰਨਤ ਕੁੜੀ ਹੈ ਉਹਦੀ ਮੈਂ ਪੇਮੈਂਟ ਮੈਂ ਖੁਦ ਕੀਤੀ ਹੈ, ਉਦੋਂ ਪਹਿਲਾਂ ਵਾਲੇ ਮੇਲੇ ਤੇ ਨਾ ਕਹਿਤਾ ਵੀ ਸਾਥੋਂ ਪੇਮੈਂਟ ਲੈ ਕੇ ਗਏ, ਪਰ ਉਹ ਦੱਸ ਰਹੇ ਸੀ ਕਿ ਉਹਨਾਂ ਨੇ ਸਪਸ਼ਟੀਕਰਨ ਜਿਹੜਾ ਦਿੱਤਾ ਕਿ 5-6 ਹਜ਼ਾਰ 'ਚ ਕੋਈ ਕੁੜੀ ਗਾਉਣ ਨਹੀਂ ਆਉਂਦੀ, 20-25 ਹਜ਼ਾਰ ਅੰਦਾਜ਼ਨ ਜਿਹੜਾ ਆਮ ਗਾਉਣ ਵਾਲੀਆਂ ਕੁੜੀਆਂ ਪੈਸੇ ਲੈਂਦੀਆਂ, ਇੰਨੇ ਕੁ ਪੈਸੇ ਉਹਨਾਂ ਨੇ ਮੈਨੂੰ ਦੱਸਿਆ ਇੱਦਾਂ ਹੀ ਸੀ ਵੀ 25,000 ਰੁਪਇਆ ਪੇਮੈਂਟ ਹੈ। ਮੈਂ ਕਿਹਾ ਵੀਰ ਜੀ ਵੀ ਅਸੀਂ ਤਾਂ 100-100 ਰੁਪਇਆ ਪਰਚੀ ਨਾਲ ਕੱਟ ਕੇ ਇਕੱਠੇ ਕਰਦੇ ਹਾਂ, ਮੇਲਾ ਕਰਵਾਉਂਦੇ ਹਾਂ, ਪਿੰਡ ਦਾ ਸਹਿਯੋਗ ਆ ਸਾਰੇ ਦਾ, ਸਾਰਾ ਪਿੰਡ ਰਲ ਕੇ ਬਰਸ਼ੀ ਮਨਾਉਂਦਾ ਉਹਦੀ, ਠੀਕ ਹੈ, ਵੀ ਸਾਥੋਂ ਇੰਨੇ ਨਹੀਂ ਦਿੱਤੇ ਜਾਣੇ ਵੀ ਅਸੀਂ ਤਾਂ ਮਾੜਾ ਮੋਟਾ ਖਰਚਾ ਦੇ ਸਕਦੇ ਹਾਂ। ਉਹਨਾਂ ਨੇ ਪਹਿਲਾਂ 12 ਕਿਹਾ ਜੀ, ਫਿਰ ਮੈਨੂੰ ਬਾਅਦ 'ਚ, ਫਿਰ ਮੈਂ 6,000 ਰੁਪਇਆ, ਮੈਂ ਵੀਰ ਜੀ ਮੈਂ 6,000 ਰੁਪਇਆ ਦੇ ਦਾਂਗੇ, ਕੋਈ ਮੈਂ ਕਮੇਟੀ ਵਾਲਿਆਂ ਨਾਲ ਗੱਲ ਕੀਤੀ, ਮੈਂ ਵੀ ਵੀਰੇ ਉਹ ਐਂ ਕਰਕੇ ਵੀ ਐਂ ਕਹਿੰਦੇ, ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ 6,000 ਰੁਪਇਆ ਦੇ ਦਿਓ, 6,000 ਰੁਪਇਆ ਮੈਂ ਖੁਦ ਦਿੱਤਾ, ਉਹਦੇ ਨਾਲ ਮੁੰਡਾ ਉਹਨੂੰ ਫੜਾਇਆ ਜੀ, ਭੁੱਲਰ ਸਾਹਿਬ ਨੇ ਮੈਨੂੰ ਕਿਹਾ ਵੀ ਉਹਨਾਂ ਨੂੰ ਫੜਾ ਦਿਓ। ਪਹਿਲੀ ਗੱਲ ਤਾਂ ਜੀ ਉਹਨਾਂ ਨੂੰ ਇਹ ਆਪਾਂ ਸੋਭਾ ਨਹੀਂ ਦਿੰਦਾ ਵੀ ਉਹ ਬੰਦਾ 6,000 ਰੁਪਇਆ ਲੈ ਕੇ ਜਾਵੇ ਵੀ ਜਿਨ੍ਹਾਂ ਨੇ ਗੀਤ ਗਾਏ ਆ, ਜੀ ਜੀ, ਜਿਹੜੇ ਬੰਦਿਆਂ ਨੇ ਜਿਹੜੇ ਸਿੰਗਰ ਆਏ ਬਹੁਤ ਸਟਾਰ ਜਿਨ੍ਹਾਂ ਨੇ ਮੰਨ ਲਓ ਵੀ ਜੀ ਨੀਲੇ ਦਾ ਕੋਈ ਵੀ ਗੀਤ ਨਹੀਂ ਸੀ ਗਾਇਆ, ਉਹ ਫ੍ਰੀ ਗਾ ਕੇ ਗਏ ਆ, ਪਰਿਵਾਰ ਦੇ ਵਿੱਚ ਬੈਠੇ ਦੁੱਖ ਸਾਂਝਾ ਕੀਤਾ, ਇਹ ਸਟੇਜ ਤੋਂ ਸਿੱਧਾ ਹੀ ਗੱਡੀ 'ਚ ਬੈਠਿਆ ਤੇ ਚਲਿਆ ਗਿਆ, ਤੇ 6,000 ਰੁਪਇਆ ਇਹ ਕੁੜੀ ਦਾ ਲੈ ਕੇ ਗਿਆ ਗਾ, ਉਹ ਸਾਹਮਣੇ ਹੋ ਜੇ ਚਾਹੇ ਗੱਲ ਬੈਠ ਕੇ ਕਰਾ ਦੋ ਗੱਲ ਇਹਨਾਂ ਚੋਂ। ਅੱਛਾ ਇੱਕ ਗੱਲ ਦੱਸੋ, ਜਿਵੇਂ ਉਹਨਾਂ ਨੇ ਇੱਕ ਗੱਲ ਆਖੀ ਆ ਭੁੱਲਰ ਸਾਹਿਬ ਹੋਰਾਂ ਨੇ ਕਿ ਜੇ ਪਰਿਵਾਰ ਇੰਨਾ ਗਰੀਬ ਹੈ, ਸਭ ਤੋਂ ਪਹਿਲਾਂ ਹੁੰਦੀ ਹੈ ਰੋਜ਼ੀ ਰੋਟੀ ਦੀ ਲੋੜ, ਕੰਮ ਜ਼ਰੂਰੀ ਹੈ, ਰੋਟੀ ਜ਼ਰੂਰੀ ਹੈ, ਰਹਿਣ ਸਹਿਣ ਬੱਚਿਆਂ ਦੀ ਪੜ੍ਹਾਈ ਜ਼ਰੂਰੀ ਹੈ। ਉਹ ਕਹਿੰਦੇ ਵੀ ਮੇਲੇ ਦੀ ਐਡੀ ਕੀ ਜ਼ਰੂਰਤ ਪੈ ਗਈ ਸੀ, ਤੁਸੀਂ ਉਹੀ ਪੈਸਾ ਜਿਹੜਾ ਘਰ ਪਰਿਵਾਰ ਨੂੰ ਚਲਾਉਣ ਲਈ ਵਰਤੋ, ਤੁਸੀਂ ਮੇਲੇ ਨਾਲ ਕਿਵੇਂ ਫਿਰ ਜੋੜੀ? ਮੇਲੇ ਦੀ ਗੱਲ ਇਹ ਹੈ ਵੀ ਜੇ ਮੈਂ ਆਪਦੇ ਕੋਲੋਂ ਇਕੱਲਾ ਕਰਵਾਉਂਦਾ ਹਾਂ ਫਿਰ ਤਾਂ ਮੈਂ ਨਾ ਕਰਵਾਵਾਂ, ਉਹ ਤਾਂ ਮੁੰਡੇ ਕਰਵਾ ਰਹੇ ਜੀ, ਸਾਰਾ ਪਿੰਡ ਦਾ ਸਹਿਯੋਗ ਹੈ, ਬਾਹਰੋਂ ਵੀ ਯਾਰਾਂ ਦੋਸਤਾਂ ਦਾ ਸਹਿਯੋਗ ਹੈ, ਉਹ ਕਰਵਾ ਰਹੇ ਆ, ਕਿਹੜਾ ਅਸੀਂ ਘਰ ਕੰਨੂਆਂ ਕਰਵਾ ਰਹੇ ਹਾਂ, ਜੇ ਅਸੀਂ ਇੰਨੇ ਤਕੜੇ ਹੋਈਏ ਤਾਂ ਰੋਟੀ ਨੂੰ ਤਰਸਦੇ ਆਪਦੀ ਨੂੰ। ਤੁਸੀਂ ਦੱਸ ਰਹੇ ਹੋ ਨਾ 5-6 ਹਜ਼ਾਰ ਰੁਪਇਆ, ਅੱਜ ਕੱਲ ਦੇ ਟਾਈਮ 'ਚ ਦੇਖੋ ਵੀ ਕਿੱਦਾਂ ਟਾਈਮ ਪਾਸ ਹੁੰਦਾ 5-6 ਹਜ਼ਾਰ ਰੁਪਏ ਨਾਲ, ਬਿਲਕੁਲ ਠੀਕ ਹੈ, ਅਸੀਂ ਮੇਲਾ ਐਡਾ ਵੱਡਾ ਕਿੱਥੋਂ ਕਰਵਾ ਲਾਂਗੇ, ਅਸੀਂ ਤਾਂ ਸਾਰੇ ਪਿੰਡ ਦਾ ਮੇਰੇ ਇਲਾਕੇ ਦਾ ਸਹਿਯੋਗ ਹੈ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਰਲ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਲਾ ਕਰਵਾ ਰਹੇ ਆ, ਅਸੀਂ ਇਕੱਲਾ ਮੈਂ ਆਪਦੇ ਘਰੋਂ ਨਹੀਂ ਕਰਵਾ ਰਿਹਾ, ਮੇਰੇ ਕੋਲੇ ਕੀ ਹੈ ਮੇਲਾ ਕਰਵਾਉਣ ਨੂੰ, ਇੱਕ ਆਇਆ ਵੀ ਮੇਰੇ ਭਰਾ ਦੀ ਯਾਦ ਨੂੰ ਤਾਜ਼ਾ ਰੱਖਦੇ ਆ, ਅਸੀਂ ਹੁਣ ਵੀ ਮੇਰੇ ਭਰਾਵਾਂ ਨੂੰ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਮੈਂ ਕਰਦਾ ਕਿ 10ਵੇਂ ਮਹੀਨੇ ਦੀ 28 ਤਰੀਕ ਨੂੰ ਅਸੀਂ ਉਹਨਾਂ ਦੀ ਵਰਸੀ ਫੇਰ ਮਨਾ ਰਹੇ ਹਾਂ, ਅਤੇ ਮੈਨੂੰ ਵੱਧ ਤੋਂ ਵੱਧ ਸਾਰਿਆਂ ਦੀ ਸਹਿਯੋਗ ਦੀ ਲੋੜ ਹੈ ਬਸ। ਦੋਸਤੋ ਇੱਥੇ ਆਪਾਂ ਗੱਲਬਾਤ ਕਰ ਰਹੇ ਹਾਂ ਅਤੇ ਨੀਲੇ ਖਾਂ ਬਾਈ ਹੋਰਾਂ ਦੇ ਬੇਟੇ ਨੇ ਸਾਡੇ ਨਾਲ ਇੱਥੇ ਆਫਤਾਬ, ਇਸ ਪਰਿਵਾਰ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੈ, ਇਹਨਾਂ ਦੀ ਕਲਮ ਅਤੇ ਆਵਾਜ਼ ਨੂੰ ਬੜਾ ਜਿਹੜਾ ਉਹ ਪਰਮਾਤਮਾ ਵੱਲੋਂ ਬਲ ਮਿਲਿਆ ਹੋਇਆ। ਬਾਈ ਹੋਰੀ ਜਿੱਥੇ ਖੁਦ ਗਾਉਂਦੇ ਨੇ ਸਾਡੇ ਉੱਥੇ ਨਾਲ ਦੀ ਨਾਲ ਉਹਨਾਂ ਦਾ ਪੁੱਤਰ ਵੀ ਜਿਹੜਾ ਬੜਾ ਚੰਗਾ ਗਾ ਲੈਂਦਾ, ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਲਿਖੀਆਂ ਹੋਈਆਂ ਲਿਖਤਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਆਉਣਾ। ਬਾਈ ਬਾਗੀ ਜੀ, ਮੈਂ ਚਾਹੂੰਗਾ ਤੁਹਾਡੇ ਭਤੀਜ ਤੋਂ ਆਪਾਂ ਅੱਜ ਦਰਸ਼ਕਾਂ ਦੇ ਨਾਲ ਬਾਈ ਦੇ ਕਲਮ ਨੂੰ ਯਾਦ ਕਰੀਏ ਇੱਕ ਵਾਰ ਫਿਰ, ਕੋਈ ਗਾਣਾ ਜਿਹੜਾ ਗੱਲਾਂ ਬਾਤਾਂ ਜਾਰੀ ਰੱਖਾਂਗੇ, ਇੱਕ ਜ਼ਰੂਰ ਸਾਂਝਾ ਕਰੀਏ। ਜ਼ਰੂਰ ਜੀ, ਮੈਂ ਆਪਣੇ ਚਾਚਾ ਜੀ ਦਾ ਗਾਇਆ ਹੋਇਆ ਗਾਣਾ, ਮੇਰੇ ਪਾਪਾ ਦਾ ਲਿਖਿਆ ਹੋਇਆ ਗਾਣਾ, ਮੈਂ ਤੁਹਾਡੇ ਸਾਹਮਣੇ ਉਹੀ ਪੇਸ਼ ਕਰਦਾ। ਜ਼ਰੂਰ। ਛੋਟੀ ਉਮਰ ਹੈ ਵੱਡੀਆਂ ਮਲਾਂ, ਜੋ ਸਾਗਰ ਦੀਆਂ ਉੱਚੀਆਂ ਛਲਾਂ, ਛੋਟੀ ਉਮਰ ਹੈ ਵੱਡੀਆਂ ਮਲਾਂ, ਜੋ ਸਾਗਰ ਦੀਆਂ ਉੱਚੀਆਂ ਛਲਾਂ, ਦਿਲ ਨੂੰ ਚੋਰੇ ਲਾ ਗਿਆ ਸੱਜਣਾ, ਕੀਤੀਆਂ ਸ਼ਤਾਨੀਆਂ
ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਦਿਲਾਂ ਦੇ ਆ ਜਾਨੀਆਂ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਦਿਲਾਂ ਦੇ ਆ ਜਾਨੀਆਂ ਵਾਹ ਜੀ ਵਾਹ ਜਿਵੇਂ ਕਹਿੰਦੇ ਹੁੰਦੇ ਨੇ ਪਰਮਾਤਮਾ ਦੀ ਕਿਰਪਾ ਜਦੋਂ ਹੋਵੇ ਤਾਂ ਸਭ ਕੁਛ ਹੁੰਦਾ ਇਸ ਬੱਚੇ ਦੀ ਵੀ ਆਵਾਜ਼ ਜਿਹੜੀ ਬਹੁਤ ਸੁਰੀਲੀ ਹੈ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਆਵਾਜ਼ ਹੋਰ ਜ਼ਿਆਦਾ ਰੰਗ ਲੈ ਕੇ ਉੱਭਰੇ ਇਹ ਬਾਈ ਜੀ ਨੂੰ ਸ਼ਰਧਾਂਜਲੀ ਕੀਤੀ ਸੀ ਮੇਰੀ ਟੇਪ ਦੇ ਜੀ ਜੀ ਇਸ ਟੇਪ ਦੇ ਬਾਈ ਜੀ ਤੇ ਗਿਆ ਜੀ ਜੀ ਅੱਛਾ ਬਾਈ ਜੀ ਜਿਸ ਤਰ੍ਹਾਂ ਤੁਸੀਂ ਇਹ ਆਪਾਂ ਗੱਲਬਾਤ ਕੀਤੀ ਕਿ ਉਹਨਾਂ ਦੀ ਕੋਈ ਖਾਸ ਸਹਾਇਤਾ ਨਹੀਂ ਹੋਈ ਗਾਇਕਾਂ ਦੇ ਵੱਲੋਂ ਬਹੁਤੀ ਵਾਰ ਕੀ ਹੁੰਦਾ ਕਿ ਜਿਹੜਾ ਗਾਇਕ ਹੁੰਦਾ ਉਹ ਪ੍ਰੋਡਿਊਸਰ ਨਾਲ ਜੁੜਿਆ ਹੁੰਦਾ ਇੱਕ ਕੰਪਨੀ ਨਾਲ ਜੁੜਿਆ ਹੁੰਦਾ ਜਿਸ ਤਰ੍ਹਾਂ ਪਿੰਕੀ ਧਾਲੀਵਾਲ ਹੋਰਾਂ ਦੀ ਅਮਰ ਆਡੀਓ ਆ ਉਹਦਾ ਵੀ ਜ਼ਿਕਰ ਹੋਇਆ ਤੁਹਾਡੀਆਂ ਇਹਨਾਂ ਗੱਲਾਂ ਦੇ ਵਿੱਚ ਸੁਰਜੀਤ ਭੁੱਲਰ ਹੋਰਾਂ ਦਾ ਕਹਿਣਾ ਕਿ ਅਸੀਂ ਤਾਂ ਉਹਨਾਂ ਨਾਲ ਜੁੜੇ ਹੋਏ ਸੀ ਸਾਡੀ ਨੀਲੇ ਖਾਂ ਨਾਲ ਸਿੱਧੀ ਕੋਈ ਗੱਲ ਨਹੀਂ ਸੀਗੀ ਇਸ ਲਈ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੁਸੀਂ ਕਦੇ ਪਿੰਕੀ ਧਾਲੀਵਾਲ ਸਾਹਿਬ ਹੋਰਾਂ ਨਾਲ ਗੱਲਬਾਤ ਕੀਤੀ ਕਿਉਂਕਿ ਉਹਨਾਂ ਦਾ ਇੱਕ ਵੱਡਾ ਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀਰ ਜੀ ਗੱਲ ਇਹ ਹੈ ਵੀ ਪਿੰਕੀ ਧਾਲੀਵਾਲ ਸਾਹਿਬ ਨਾਲ ਜੁੜੇ ਜ਼ਰੂਰ ਹੈ ਠੀਕ ਹੈ ਉਹਨਾਂ ਦਾ ਸਿਰਫ ਜਦੋਂ ਭੁੱਲਰ ਦੀ ਨਾ ਲੜਾਈਆਂ ਕਹਿ ਸੜਾਈ ਹੈ ਉਸ ਵੇਲੇ ਬਾਈ ਉਹਨਾਂ ਨਾਲ ਬਾਉਂਡ ਸੀ ਉਹਨਾਂ ਨੇ ਗੱਲ ਆਪ ਹੀ ਇੱਦਾਂ ਕੀਤੀ ਅਸੀਂ ਮੰਨਦੇ ਹਾਂ ਵੀ ਉਹਨਾਂ ਨਾਲ ਉਹ ਬਾਉਂਡ ਸੀ ਪਿੰਕੀ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਪਿੰਕੀ ਸਾਹਿਬ ਨਾਲ ਕਰਨੀ ਸੀ ਠੀਕ ਹੈ ਅਤੇ ਪਰ ਉਹਨਾਂ ਨੇ ਗੱਲ ਇੱਦਾਂ ਕੀਤੀ ਹੈ ਵੀ ਉਸ ਗਾਣੇ ਨੂੰ ਬੀਕਾਨੇਰ ਨੇ ਪਿੰਕੀ ਨੇ ਬਾਈ ਪਿੰਕੀ ਨੇ ਵੀ ਰਿਜੈਕਟ ਕਰਤਾ ਸੀ ਅਤੇ ਲਖਵਿੰਦਰ ਮਾਨ ਜੀ ਨੇ ਵੀ ਰਿਜੈਕਟ ਬਿਲਕੁਲ ਬਿਲਕੁਲ ਵੀ ਮੈਂ ਆਪਣੇ ਤੌਰ 'ਤੇ ਲੈਤਾ ਨਿੱਜੀ ਤੌਰ ਤੇ ਗਾਇਆ ਤੇ ਨਿੱਜੀ ਤੌਰ ਤੇ ਫਿਰ ਉਹਨਾਂ ਨੇ ਖਾਨ ਸਾਹਿਬ ਨੂੰ ਕੀ ਦਿੱਤਾ ਉਹ ਕਹਿ ਰਿਹਾ ਵੀ ਮੈਂ ਆਪਣਾ ਨਿੱਜੀ ਤੌਰ ਤੇ ਗਾਇਆ ਆਪਣੇ ਬਾਈ ਪਿੰਕੀ ਨੇ ਵੀ ਜਵਾਬ ਦਿੱਤਾ ਸੀ ਗਾਣੇ ਨੂੰ ਜਦੋਂ ਉਹ ਕੰਪਨੀ ਜਿਹਨਾਂ ਕੋਲ ਬਾਉਂਡ ਸੀ ਉਹਨਾਂ ਨੇ ਤਾਂ ਜਵਾਬ ਦਿੱਤਾ ਉਹਨਾਂ ਨੇ ਤਾਂ ਪੇਮੈਂਟ ਦੇਣੀ ਨਹੀਂ ਇਹਨਾਂ ਨੇ ਆਪਣੇ ਨਿੱਜੀ ਤੌਰ ਤੇ ਗਾਇਆ ਤੇ ਨਿੱਜੀ ਤੌਰ ਤੇ ਸਾਨੂੰ ਐਫੀਡੈਵਿਟ ਦਿਖਾਓ ਜਿੱਦਾਂ ਦੋ ਗਾਣੇ ਦੇ ਐਫੀਡੈਵਿਟ ਚੱਕੀ ਫਿਰਦੇ ਆ ਉਹ ਲਾਸਟ ਵਾਲਿਆਂ ਦੇ ਉਦੋਂ ਪਹਿਲਾਂ ਵੀ ਗਾਣੇ ਗਾਏ ਆ ਕੰਪਨੀਆਂ ਪਹਿਲਾਂ ਵੀ ਰਾਈਟ ਪਾਲ ਦਿੰਦੀਆਂ ਉਸ ਤੋਂ ਪਹਿਲਾਂ ਜੀ ਉਹਨਾਂ ਨੇ ਕਿਹਾ ਹੈਗਾ ਵੀ ਮੈਂ ਨਨਕਾਣਾ ਗੀਤ ਵੀ ਨੀਲੇ ਤੋਂ ਆਪ ਲਿਖਿਆ ਜੀ ਜੀ ਤੇ ਉਹਦਾ ਵੀ ਉਹਦੇ ਕੋਲੇ ਫਿਰ ਪ੍ਰੂਫ ਹੋਣਾ ਚਾਹੀਦਾ ਹੈਗਾ ਕਿਉਂਕਿ ਲਾਸਟ ਗੀਤਾਂ ਦਾ ਉਹ ਪ੍ਰੂਫ ਚੱਕੀ ਫਿਰਦਾ ਦੋ ਦਾ ਹੋ ਸਕਦਾ ਉਹ ਕਿਸੇ ਕੰਪਨੀ ਕੋਲੇ ਹੋਣ ਪ੍ਰੂਫ ਨੀਲੇ ਖਾਂ ਹੋਰਾਂ ਦੇ ਜਿਹੜੇ ਸੁਰਜੀਤ ਭੁੱਲਰ ਹੋਰਾਂ ਨਾਲ ਦੋ ਗਾਣਿਆਂ ਦੀ ਸੀ ਉਹਨਾਂ ਨੇ ਵਿਖਾਤਾ ਉਸ ਤੋਂ ਪਹਿਲਾਂ ਬਾਉਂਡ ਦਿਖਾ ਦਿਓ ਜੀ ਉਹ ਵੀ ਦਿਖਾ ਦਿਓ ਨਾ ਸਾਨੂੰ ਜਿੱਦਾਂ ਇਹ ਦੋ ਚੱਕੀ ਫਿਰਦੇ ਉਹ ਵੀ ਲੈ ਲੈਣ ਕੰਪਨੀ ਤੋਂ ਉਸ ਤੋਂ ਬਾਅਦ ਸਪੀਡ ਕੰਪਨੀ 'ਚ ਜਾ ਵੜਿਓ ਅਤੇ ਉਦੋਂ ਬਾਅਦ ਰਾਈਟ ਹਰੇਕ ਕੰਪਨੀ ਮੰਗਦੀ ਹੈ ਗੀਤ ਕਰਦੇ ਹਨਾ ਉਦੋਂ ਪਹਿਲਾਂ ਵੀ ਬਾਈ ਜਿਉਂਦੇ ਤੋਂ ਵੀ ਉਹਨਾਂ ਦੇ ਸਾਈਨ ਹੋਏ ਵੀ ਹੋਣਗੇ ਨਾ ਉਹਨਾਂ ਦੀ ਪੇਮੈਂਟ ਵੀ ਲਿਖੀ ਹੋਊ ਵੀ ਕਿੰਨੀ ਦਿੱਤੀ ਆ ਉਹ ਵੀ ਸਾਨੂੰ ਦਿਖਾ ਦੇਣਾ ਜਦੋਂ ਬੀਕਾਨੇਰ ਗਾਣਾ ਆਇਆ ਇਹ ਲੋਕਾਂ ਨੂੰ ਉਦੋਂ ਵੀ ਨਹੀਂ ਸੀ ਉਹਦੀ ਉਹਦਾ ਮੰਨ ਲਓ ਉਹਦਾ ਸ਼ਰੀਫੀ ਦਾ ਹੀ ਨਜਾਇਜ਼ ਫਾਇਦਾ ਵੀ ਉਹਨੇ ਕੁਛ ਮੰਗਿਆ ਨਹੀਂ ਅਤੇ ਇਹਨਾਂ ਨੇ ਕੁਛ ਦਿੱਤਾ ਨਹੀਂ ਜੇ ਉਹਨੇ ਮੰਗਿਆ ਜੇ ਇੱਦਾਂ ਮੰਗਿਆ ਹੁੰਦਾ ਤਾਂ ਅੱਜ ਸਾਡੇ ਇਹ ਹਾਲਾਤ ਨਾ ਹੁੰਦੇ ਜੇ ਉਹਨੇ ਆਪਦਾ ਸਹੀ ਮੁੱਲ ਲਿੱਤਾ ਹੁੰਦਾ ਨਾ ਜਾਂ ਇਹਨਾਂ ਨੇ ਦਿੱਤਾ ਹੁੰਦਾ ਤਾਂ ਸਾਡੇ ਹਾਲਾਤ ਇਹ ਨਹੀਂ ਸੀ ਹੋਣੇ ਮਾਸ਼ਾ ਅਲੀ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੀ ਗਾਇਕੀ ਆ ਤੁਸੀਂ ਬਾਘ ਅਲੀ ਜੀ ਖੁਦ ਵੀ ਗਾਉਂਦੇ ਹੋ ਅਤੇ ਮਾਸ਼ਾ ਅਲੀ ਤੁਹਾਡੇ ਮਾਮਾ ਜੀ ਦੇ ਬੇਟੇ ਨੇ ਮੈਨੂੰ ਪਤਾ ਲੱਗਿਆ ਉਹਨਾਂ ਨੇ ਕਦੇ ਤੁਹਾਡੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਜਾਂ ਤੁਹਾਡਾ ਸਾਥ ਦਿੱਤਾ ਕਿਉਂਕਿ ਘਰ ਦੇ ਹੀ ਗਾਇਕ ਨੇ ਉਹਨਾਂ ਦਾ ਵੀ ਵੱਡਾ ਬੜਾ ਵੱਡਾ ਨਾਂ ਬਿਲਕੁਲ ਜੀ ਬਾਈ ਮਾਸ਼ਾ ਜੀ ਦਾ ਹੁਣ ਮੈਨੂੰ ਫੋਨ ਆਉਂਦਾ ਜੀ ਠੀਕ ਹੈ ਉਹ ਕਹਿੰਦੇ ਵੀ ਮੈਂ ਪਹਿਲਾਂ ਕਿਸੇ ਰਜੇਵੇਂ 'ਚ ਰੁੱਝਿਆ ਵਾ ਸੀ ਉਹ ਬਾਹਰ ਵੀ ਗਏ ਹੋਏ ਸੀ ਹੁਣ ਉਹਨਾਂ ਨੇ ਮੈਨੂੰ ਫੋਨ ਕੀਤਾ ਮੇਰਾ ਸਾਥ ਵੀ ਦੇ ਰਹੇ ਆ ਇਸ ਟਾਈਮ ਅਤੇ ਉਹ ਕਹਿੰਦੇ ਵੀ ਜਦੋਂ ਵੀ ਹੁਣ ਤੇਰਾ ਗਾਣਾ ਜਿਹੜਾ ਕਰ ਰਹੇ ਹਾਂ ਵੀ ਅਸੀਂ ਕਰਾਂਗੇ ਆਪਦੇ ਤੌਰ 'ਤੇ ਵਧੀਆ ਸਾਡੇ ਨਾਲ ਹੁਣ ਗੱਲਬਾਤ ਹੁੰਦੀ ਉਹਨਾਂ ਦੀ ਮੇਰੇ ਭਾਣਾ ਭਤੀਜੇ ਆ ਉਹਨਾਂ ਦੇ ਕੋਲ ਰਹਿ ਰਹੇ ਆ ਹੈ ਨਾ ਜੀ ਅਤੇ ਵਧੀਆ ਰਿਸਪੈਕਟ ਕਰਦੇ ਜੀ ਵਧੀਆ ਮਾਨ ਤਾਨ ਕਰਦੇ ਸਾਡਾ ਮੇਰੇ ਸਕੇ ਮਾਮਾ ਜੀ ਦਾ ਬੇਟਾ ਜੀ ਜੀ ਹਾਂਜੀ ਅਫਤਾਬ ਇੱਕ ਗਾਣਾ ਸੀ ਜਿਹਦੇ ਨਾਲ ਆਮ ਕਰਕੇ ਜਦੋਂ ਕਾਲਜਾਂ ਦੇ ਵਿੱਚ ਵਿਦਿਆਰਥੀ ਜਾਂਦੇ ਹੁੰਦੇ ਸੀ ਤਾਂ ਬੱਸਾਂ ਦੇ ਵਿੱਚ ਆਮ ਹੀ ਬੋਲ ਵੱਜਦਾ ਸੁਣਦੇ ਹੁੰਦੇ ਸੀ ਬਠਿੰਡਾ ਬੀਕਾਨੇਰ ਹੋ ਗਿਆ ਕਾਹਦੀ ਬੱਸ 'ਚ ਉੱਤਰ ਗਈ ਤੂੰ ਮੈਂ ਚਾਹੂੰਗਾ ਆਪਾਂ ਉਹ ਗਾਣੇ ਨਾਲ ਅੱਜ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਜੋੜੀਏ ਚੰਦ ਲਫਜ ਉਸ ਗਾਣੇ ਦੇ ਤੇਰੇ ਨਾਲ ਬੱਸ ਵਿੱਚ ਰੌਣਕਾਂ ਸੀ ਬਾੜੀਆਂ ਉਂਝ ਭਾਵੇਂ ਹੋਰ ਵੀ ਸੁਨੱਖੀਆਂ ਸੀ ਬਾੜੀਆਂ ਤੇਰੇ ਨਾਲ ਬੱਸ ਵਿੱਚ ਰੌਣਕਾਂ ਸੀ ਬਾੜੀਆਂ ਉਂਝ ਭਾਵੇਂ ਹੋਰ ਵੀ ਸੁਨੱਖੀਆਂ ਸੀ ਬਾੜੀਆਂ
ਨੀ ਤੂੰ ਲੁੱਟ ਲਿਆ ਮਿੱਤਰਾਂ ਨੂੰ ਬਠਿੰਡਾ ਬੀਕਾਨੇਰ ਹੋ ਗਿਆ ਕਾਦੀ ਬੱਸ ਚੋਂ ਉਤਰ ਗਈ ਤੂੰ ਬਠਿੰਡਾ ਬੀਕਾਨੇਰ ਹੋ ਗਿਆ ਨੀ ਬਠਿੰਡਾ ਬੀਕਾਨੇਰ ਹੋ ਗਿਆ। ਵਾਹ ਜੀ ਵਾਹ, ਕਿਆ ਬਾਤਾਂ ਨੇ ਬਾਗਲੀ ਜੀ। ਜਿਸ ਤਰ੍ਹਾਂ ਸੁਰਜੀਤ ਭੁੱਲਰ ਦੀ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਗੱਲਬਾਤ ਕੀਤੀ, ਤੁਸੀਂ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਗੁੱਸਾ ਜਿਤਾ ਰਹੇ ਹੋ। ਬਹੁਤ ਸਾਰੇ ਗਾਇਕ ਨੇ ਜਿਨ੍ਹਾਂ ਨੇ ਨੀਲੇ ਖਾਂ ਜੀ ਨੂੰ ਗਾਇਆ, ਇੱਕ ਮੈਨੂੰ ਗੱਲ ਦੱਸੋ, ਤੁਸੀਂ ਉਹਨਾਂ ਨੂੰ ਹੀ ਕਿਉਂ ਜ਼ਿਆਦਾ ਟਾਰਗੇਟ ਕਰ ਰਹੇ ਹੋ ਕਿ ਉਹੀ ਕਿਉਂ ਉਹਨਾਂ ਦਾ ਨਾਮ ਵਾਰ ਵਾਰ ਆ ਰਿਹਾ? ਬਿਲਕੁਲ ਜੀ, ਨੰਬਰ ਇੱਕ ਤਾਂ ਇਹ ਵੀ ਜ਼ਿਆਦਾ ਗਾਣੇ ਜਿਹੜੇ ਗਾਏ ਨੇ ਖਾਨ ਸਾਹਿਬ ਦੇ ਭੁੱਲਰ ਨੇ ਗਾਏ ਆ। ਅੱਛਾ। ਦੂਸਰਿਆਂ ਨੇ ਇੱਕ ਇੱਕ ਦੋ ਦੋ ਗਾਏ ਆ। ਬਾਕੀ ਭੁੱਲਰ ਸਾਹਿਬ ਨਾਲ ਸਾਡਾ ਮੰਨ ਲਓ ਰਾਬਤਾ ਹੀ ਇੰਨਾ ਨੇੜੇ ਤੋਂ ਸੀ ਸਾਨੂੰ, ਕਿਉਂਕਿ ਸ਼ੁਰੂ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਪਹਿਲਾਂ ਸਭ ਤੋਂ ਪਹਿਲਾਂ ਬਲਕਾਰ ਸਿੱਧੂ ਜੀ ਨੇ ਗਾਇਆ, ਉਸ ਤੋਂ ਬਾਅਦ ਭੁੱਲਰ ਨਾਲ ਜੁੜ ਗਏ ਉਹ, ਹੈ ਨਾ। ਉਹਨਾਂ ਨਾਲ ਸਾਨੂੰ ਇੱਕ ਆਪਣਾਪਨ ਲੱਗਦਾ ਵੀ ਸਾਡਾ, ਅਸੀਂ ਨੀਲਾ ਖਾਂ ਨਹੀਂ ਮੰਨਦੇ, ਵੀ ਨੀਲੇ ਖਾਂ ਮੰਨ ਲਓ ਭਰਾ ਹੀ ਮੰਨਦਾ ਮੈਂ ਉਹਨੂੰ ਆਪਣਾ, ਹੈ ਨਾ। ਜੇ ਮੰਨ ਲਓ ਲੋਕਾਂ ਦੇ ਝਮੇਲਿਆਂ ਦੇ ਕਾਰਨ ਉਹਨਾਂ ਨੂੰ ਸਾਡੇ 'ਤੇ ਵੀ ਗੁੱਸਾ ਹੈ, ਅਤੇ ਸਾਨੂੰ ਉਹਨਾਂ 'ਤੇ ਇਸ ਤਰ੍ਹਾਂ ਦਾ ਗੁੱਸਾ ਵੀ, ਜਿੱਥੇ ਕੋਈ ਪਿਆਰ ਆ ਗੁੱਸਾ ਵੀ ਉੱਥੇ ਹੁੰਦਾ। ਪਰ ਉਹਨਾਂ ਦਾ ਇਹ ਕਹਿਣਾ ਕਿ ਜਿਸ ਤਰ੍ਹਾਂ ਆਪਾਂ ਜੇ ਦੇਖੀਏ ਦੂਰੋਂ ਨਿਗਾਹ ਮਾਰੀਏ, ਉਹਨਾਂ ਦੇ ਗਾਣੇ ਉਸ ਤੋਂ ਪਹਿਲਾਂ ਵੀ ਆ ਚੁੱਕੇ ਸੀ, ਨੀਲੇ ਖਾਂ ਜੀ ਤੋਂ ਪਹਿਲਾਂ ਵੀ ਉਹ ਕਾਫੀ ਗਾਣੇ ਜਿਹੜੇ ਉਹਨਾਂ ਦੇ ਹਿੱਟ ਰਹੇ ਸੀ ਇੰਡਸਟਰੀ ਦੇ ਵਿੱਚ। ਤੁਸੀਂ ਮੰਨਦੇ ਹੋ ਵੀ ਉਹ ਪਹਿਲਾਂ ਆਪਣੇ ਪੈਰਾਂ 'ਤੇ ਸੀਗੇ? ਨਹੀਂ ਜੀ, ਜ਼ਿਆਦਾ ਜਿਹੜਾ ਗਾਣਾ ਚੱਲਿਆ ਨਾ ਖਾਨ ਸਾਹਿਬ ਦਾ ਬਠਿੰਡਾ ਬੀਕਾਨੇਰ ਹੋਇਆ, ਜਿਹੜੇ ਅੱਜ ਮੰਨ ਭੁੱਲਰ ਸਾਹਿਬ ਦੇ ਆਪਣੇ ਦੱਸਣ ਦੀ ਗੱਲ ਹੈ, ਭੋਗ ਵਾਲੇ ਦਿਨ ਵੀ ਇੱਕ ਬਿਕਰਮਜੀਤ ਮਜੀਠੀਆ ਦੀ ਰੈਲੀ ਸੀ ਜੀ ਜੀ, ਉਹਨਾਂ ਨੇ ਮੈਨੂੰ ਬੁੱਕ ਕੀਤਾ, ਕਹਿੰਦਾ ਉਹਨਾਂ ਨੇ ਬੰਦਾ ਭੇਜਿਆ ਵੀ ਜਿਨ੍ਹਾਂ ਨੇ ਬਠਿੰਡਾ ਬੀਕਾਨੇਰ ਹੋਇਆ ਗਾਣਾ ਗਾਇਆ ਨਾ ਵੀ ਉਹਨਾਂ ਨੂੰ ਬੁੱਕ ਕਰਨਾ ਹੈ। ਅੱਛਾ। ਉਹ ਭੁੱਲਰ ਸਾਹਿਬ ਦਾ ਨਾਮ ਤੱਕ ਵੀ ਨਹੀਂ ਸੀ ਜਾਣਦੇ, ਉਹਨਾਂ ਦੇ ਆਪਣੀ ਆਪ ਦੀ ਵੈਲਡਿੰਗ ਹੈ, ਉਹਨਾਂ ਨੇ ਆਪ ਦੱਸਿਆ ਭੋਗ ਅਤੇ ਮੁੰਡਿਆਂ ਨੂੰ ਵੀ ਖਾਨ ਸਾਹਿਬ ਨੇ ਮੇਰਾ ਇੱਥੋਂ ਤੱਕ ਨਾਮ ਬਣਵਾਇਆ ਵੀ ਮਜੀਠੀਏ ਦੀ ਰੈਲੀ, ਉਹਨਾਂ ਨੇ ਬੰਦਾ ਭੇਜਿਆ ਵੀ ਜਿਹੜੇ ਨੇ ਬਠਿੰਡਾ ਬੀਕਾਨੇਰ ਹੋ ਗਿਆ ਗਾਣਾ ਗਾਇਆ ਵੀ ਉਹਨੂੰ ਬੁੱਕ ਕਰਨਾ, ਉਹ ਮੇਰਾ ਨਾਮ ਵੀ ਨਹੀਂ ਸੀ ਜਾਣਦੇ। ਬਾਕੀ ਸਟੇਜਾਂ 'ਤੇ ਤੁਸੀਂ ਦੇਖ ਲਓ ਜਿੰਨੇ ਲਾਈਵ ਸ਼ੋਅ ਭੁੱਲਰ ਸਾਹਿਬ ਦੇ ਕੱਢ ਕੇ ਦੇਖ ਲਓ ਵੀ ਜ਼ਿਆਦਾ ਗਾਣੇ ਕਿਹੜੇ ਚੱਲ ਰਹੇ ਉਹਨਾਂ ਦੇ, ਕਹਿ ਰਹੇ ਨੇ ਵੀ ਉਦੋਂ ਪਹਿਲਾਂ ਵੀ ਸਾਡਾ ਨਾਂ ਸੀ ਅਤੇ ਹੁਣ ਵੀ ਦੇਖ ਲਓ ਉਹਨਾਂ ਨੇ ਲਾਈਵ ਸ਼ੋਅ, ਦੇਖੋ ਵੀ ਪੁਰਾਣੇ ਗਾਣੇ ਗਾ ਰਹੇ ਆ ਕਿ ਨੀਲੇ ਖਾਨ ਵਾਲੇ ਗਾ ਰਹੇ ਆ। ਹਾਂਜੀ, ਜਿਸ ਤਰ੍ਹਾਂ ਉੱਧਰ ਆਪਣੇ ਅਮਰਾੜੀਓ ਵਾਲੇ ਉਹਨਾਂ ਦੀ ਗੱਲਬਾਤ ਕਰੀਏ, ਜਿਸ ਤਰ੍ਹਾਂ ਪਿੰਕੀ ਧਾਲੀਵਾਲ ਜੀ ਹੋਰੀ, ਉਹਨਾਂ ਦਾ ਤਾਂ ਪਰਿਵਾਰ ਨੂੰ ਸਹਿਯੋਗ ਰਿਹਾ ਵੀ ਆ, ਜਿਵੇਂ ਉਹਨਾਂ ਨਾਲ ਨੀਲਾ ਖਾਂ ਜੀ ਬੌਂਡ ਵੀ ਰਹੇ ਨੇ, ਪਰ ਨਾਲ ਦੀ ਨਾਲ ਉਹ ਤੁਹਾਡਾ ਸਹਿਯੋਗ ਵੀ ਕਰਦੇ ਰਹੇ। ਬਾਈ ਜੀ ਆਏ ਸੀ, ਅਸੀਂ ਪਿਛਲੇ ਮੇਲੇ 'ਤੇ ਉਹਨਾਂ ਦਾ ਸਨਮਾਨ ਕੀਤਾ ਸੀ ਬਾਈ ਦੀ ਵਰਸੀ ਵਾਲੇ ਦੀ, ਉਹ ਬਾਈ ਜੀ ਆਏ, ਬਾਈ ਪਿੰਕੀ ਨਾਲੇ ਤਾਂ 11,000 ਰੁਪਈਆ ਸਾਡੇ ਪਰਿਵਾਰ ਨੂੰ ਜੀ, ਸਪੈਸ਼ਲ ਮਾਤਾ ਨੂੰ ਅਤੇ ਨੀਲੇ ਖਾਂ ਦੇ ਬੱਚਿਆਂ ਨੂੰ 11,000 ਰੁਪਈਆ ਦੇ ਕੇ ਗਏ। ਦੂਸਰੀ ਵਾਰ ਉਹਨਾਂ ਨੇ ਸੁਨੰਦਾ ਸ਼ਰਮਾ ਜੀ ਨੂੰ ਨਾਲ ਵੀ ਲੈ ਕੇ ਆਏ, ਉਹਨਾਂ ਨੇ ਮੈਨੂੰ ਕਹਿਤਾ ਸੀ ਵਾਗਲੀ ਜੇ ਕੋਈ ਹੋਰ ਕਲਾਕਾਰ ਤਾਂ ਮੈਨੂੰ ਦੱਸ ਦੇ, ਜਿਹਨੂੰ ਕਹਿਣਾ ਮੈਂ ਆਪਣੇ ਤੌਰ 'ਤੇ ਕਹਿ ਦਾਂਗਾ। ਅਤੇ ਉਹਨਾਂ ਨੇ ਦੂਸਰੀ ਵਾਰ ਮੈਨੂੰ ਉਹਨਾਂ ਨੇ ਆਪ ਕਹਿਤਾ ਸੀ ਕਿਉਂਕਿ ਉਹ ਬਾਹਰ ਚਲੇ ਗਏ ਸੀ, ਮੇਰੀ ਉਹਨਾਂ ਨਾਲ ਵਟਸਐਪ 'ਤੇ ਗੱਲ ਵੀ ਹੋਈ ਹੈ, ਅਤੇ ਉਹ ਕਹਿੰਦੇ ਵੀ ਮੈਂ ਐਤਕੀ ਨਹੀਂ ਆ ਸਕਦਾ, ਅਗਲੀ ਵਾਰ ਫੇਰ ਆਊਂਗਾ ਤੁਹਾਡੇ ਕੋਲ। ਸੰਧੂ ਸੁਰਜੀਤ ਬੜਾ ਖੁੱਲ੍ਹ ਕੇ ਤੁਹਾਡੇ ਪਰਿਵਾਰ ਬਾਰੇ ਸਾਹਮਣੇ ਆਏ ਨੇ, ਨੀਲਾ ਖਾਂ ਜੀ ਬਾਰੇ ਹੁਣੇ ਆਏ ਨੇ ਕਿ ਉਹਨਾਂ ਨੂੰ ਇਸ ਤਰ੍ਹਾਂ ਗੀਤਕਾਰੀ ਦਾ ਜਿਸ ਤਰ੍ਹਾਂ ਕੋਈ ਡਿਗਰੀ ਦੀ ਗੱਲ ਕੀਤੀ ਆ, ਉਹਨਾਂ ਨੇ ਕਾਫੀ ਗੱਲਾਂ ਇਸ ਬਾਬਤ ਕਹੀਆਂ ਨੇ, ਤੁਹਾਨੂੰ ਕੀ ਲੱਗਦਾ ਉਹਨਾਂ ਦਾ ਸਾਹਮਣੇ ਆਉਣਾ ਜਾਇਜ਼? ਨਹੀਂ, ਜਿਹੜੀ ਉਹਨਾਂ ਨੇ ਡਿਗਰੀ ਵਾਲੀ ਗੱਲ ਕਹੀ ਹੈ ਇਹ ਤਾਂ ਕੁਦਰਤੀ ਗੱਲਾਂ ਹੁੰਦੀਆਂ, ਗੀਤਕਾਰੀ ਕੋਈ ਡਿਗਰੀਆਂ ਨਾਲ ਨਹੀਂ ਹੁੰਦੀ ਜੀ, ਇਹ ਤਾਂ ਰੱਬ ਦੀ ਦਾਤ ਹੁੰਦੀ ਆ, ਇਹ ਤਾਂ ਖੁਦਾ ਦੀ ਆਮਦ ਹੁੰਦੀ ਆ, ਜਿਹਦੇ ਗੁਣ ਪਾਉਂਦਾ ਵਾਹਿਗੁਰੂ ਜੀ ਜੀ ਉਹੀ ਲਿਖਦਾ ਗਾ, ਤੁਸੀਂ ਜਾਂ ਮੈਂ ਗੀਤਕਾਰੀ ਨਹੀਂ ਕਰ ਸਕਦਾ, ਇਹ ਤਾਂ ਕੁਦਰਤ ਦਾ ਹੋਇਆ ਬਿਲਕੁਲ। ਬਾਕੀ ਉਹ ਸੰਧੂ ਸੁਰਜੀਤ ਜਾਣਦਾ ਵੀ ਨੀਲੇ ਨਾਲ ਉਹਨੂੰ ਕੀ ਸੀਗਾ ਵੀ ਕਿਉਂ ਉਹਦਾ ਇੱਦਾਂ ਬੋਲ ਰਿਹਾ, ਕਿਉਂ ਜਿਵੇਂ ਉੱਧਰ ਇੰਟਰਵਿਊ ਦੇ ਵਿੱਚ ਮੱਕੜ ਸਾਹਿਬ ਨੇ ਕਿਹਾ ਸੀ ਵਕੀਲ ਬਣ ਕੇ ਪੇਸ਼ ਹੋਏ, ਹੈ ਨਾ, ਉਹ ਤਾਂ ਉਹਨਾਂ ਨੂੰ ਪਤਾ ਹੋਣਾ ਜੀ ਕੀ ਕਾਰਨ ਆ। ਪਰ ਨੀਲੇ ਨਾਲ ਉਹਨਾਂ ਦਾ ਪ੍ਰੇਮ ਭਰਾਵਾਂ ਵਾਲਾ ਸੀ ਭੁੱਲਰ ਸਾਹਿਬ ਦਾ ਜੀ, ਇਹ ਭੁੱਲਰ ਸਾਹਿਬ ਖੁਦ ਵੀ ਮੰਨਦੇ ਆ ਵੀ ਅਸੀਂ ਅੱਜ ਵੀ ਨੀਲੇ ਦੀ ਇੱਜ਼ਤ ਕਰਦੇ ਹਾਂ, ਅੱਜ ਵੀ ਸਤਿਕਾਰ ਕਰਦੇ ਹਾਂ। ਅਤੇ ਉਹ ਤੀਜਾ ਬੰਦਾ ਕੀ ਪਤਾ ਕੀ ਕਾਰਨ ਆ, ਉਹਦੀ ਕੀ ਸੋਚ ਆ, ਹੈ ਨਾ। ਨਾਲੇ ਸੰਧੂ ਸੁਰਜੀਤ ਤਾਂ ਜੀ ਉਹ ਇੱਥੋਂ ਤੱਕ ਵੀ ਭੁੱਲਰ ਸਾਹਿਬ ਨੇ ਇਹ ਗੱਲ ਨਹੀਂ ਦੱਸੀ, ਸੰਧੂ ਸੁਰਜੀਤ ਨੇ ਉਸ ਵੀਡੀਓ 'ਚ ਕਿਹਾ ਵੀ ਅਸੀਂ ਜਿੱਦੇ ਨੀਲੇ ਖਾਂ ਦੀ ਡੈੱਥ ਹੋਈ ਆ ਉਦੋਂ ਵੀ ਪੈਸੇ ਦੇ ਕੇ ਗਏ ਹਾਂ।
ਅੱਛਾ ਹੈ ਨਾ, ਉਹ ਸਭ ਤੋਂ ਪਹਿਲਾਂ ਤਾਂ ਮੈਂ ਉਹੀ ਮੇਰੇ ਵੀਰ ਨੂੰ ਪ੍ਰੂਫ ਮੰਗਦਾ ਵੀ ਕਿਹੜੇ ਬੰਦਿਆਂ ਨੂੰ, ਜਾਂ ਮੇਰੀ ਭਰਜਾਈ ਹੈ ਜਾਂ ਮੇਰਾ ਮਾਤਾ ਜਾਂ ਮੇਰੀ ਪਿਤਾ ਮੇਰਾ ਪਿਤਾ ਅਤੇ ਜਾਂ ਮੈਨੂੰ, ਸਾਡੇ ਚਾਰਾਂ 'ਚੋਂ ਕਿਸੇ ਨੂੰ ਫੜਾ ਸਕਦੇ ਹਾਂ ਨਾ, ਵੀ ਕਿਉਂ ਬਦਨਾਮ ਕਰ ਰਿਹਾ ਸਾਡੇ ਪਰਿਵਾਰ ਨੂੰ ਪੈਸੇ ਦੇ ਮਸਲੇ 'ਚ, ਕਿਉਂ ਬਦਨਾਮ ਕਰ ਰਿਹਾ, ਅਸੀਂ ਵਾਰ ਵਾਰ ਕਹਿ ਰਹੇ ਹਾਂ ਵੀ ਸਾਨੂੰ ਪੈਸੇ ਦੀ ਉਹਨਾਂ ਤੋਂ ਕੋਈ ਲੋੜ ਨਹੀਂ, ਅਸੀਂ ਪੈਸਾ ਮੰਗਦੇ ਹੀ ਨਹੀਂ, ਅਸੀਂ ਇੱਕ ਸੱਚ ਦੱਸਿਆ, ਸਵਾਲ ਦਾ ਜਵਾਬ ਦਿੱਤਾ, ਕੋਈ ਪੈਸੇ ਦੀ ਨਹੀਂ। ਸੰਧੂ ਸਰਜੀਤ ਦਾ ਇੱਕ ਚੱਲਿਆ ਹੋਇਆ ਕਾਰਤੂਸ ਹੈ ਪਬਲ ਸਿਟੀ ਭਾਲ ਦਾ, ਉਹ ਉਹਨੇ ਚੈਨਲ ਵਾਲਿਆਂ ਨੂੰ ਖੁਦ ਫੋਨ ਕਰਦਾ ਫਿਰਦਾ ਵੀ ਮੇਰਾ ਵੀਡੀਓ ਮੇਰਾ ਕਰਕੇ ਲੈ ਕੇ ਜਾਓ, ਮੇਰਾ ਇੰਟਰਵਿਊ ਕਰੋ ਇਸ ਮਸਲੇ 'ਚ। ਉਹਦਾ ਸਾਨੂੰ ਕੀ ਆ, ਉਹਦੇ ਨਾਲ ਕੋਈ ਲੈਣ ਨਹੀਂ ਦੇਣ ਨਹੀਂ, ਉਹਦੀ ਕੋਈ ਗੱਲਬਾਤ ਹੀ ਨਹੀਂ ਸਾਡੇ ਨਾਲ। ਉਹ ਸਾਡੀ ਖਤਰ ਤਾਂ ਐਂ ਵੀ ਸੁਣਾ ਕੇ ਵਿੱਚ ਵੀ ਅਸੀਂ ਆਏ ਸੰਸਕਾਰ ਤੇ ਵੀ ਅਸੀਂ ਕਿਹਦਾ ਗਰਮੀ 'ਚ ਬੈਠ ਕੇ ਗਏ ਹਾਂ, ਉਹ ਗੱਲਾਂ ਕਹਿਣ ਵਾਲੀਆਂ ਨਹੀਂ ਗੀਆਂ, ਇਹ ਸੋਭਾ ਨਹੀਂ ਦਿੰਦੇ ਹਾਂ, ਕਿਉਂਕਿ ਆਪਾਂ ਬਹੁਤ ਉਸ ਟਾਈਮ ਦੁੱਖ ਦੀ ਘੜੀ ਸੀ ਪਰਿਵਾਰ 'ਤੇ ਉਹਨਾਂ ਦਾ, ਕਿਉਂਕਿ ਨੀਲੇ ਨਾਲ ਮੋਹ ਸੀ ਆਉਣਾ ਸੀ, ਕਈ ਗੀਤਕਾਰਾਂ ਨੇ ਗਾਇਕਾਂ ਨੇ ਗੀਤ ਵੀ ਨਹੀਂ ਸੀ ਗਾਏ ਨਾ, ਉਹ ਵੀ ਉੱਥੇ ਪਹੁੰਚੇ ਬਿਲਕੁਲ, ਪਰ ਉਹਨਾਂ ਨੂੰ ਮੈਂ ਕਹਿਣਾ ਗਾ ਪੂਰੇ ਹਰੇਕ ਲੋਕਾਂ ਨੇ ਵੀ ਇਹਦੀ ਗਲਤ ਗੱਲ ਕਹੀ ਹੈ, ਵੀ ਡੈਥ ਤੇ ਆਉਣ ਦਾ ਵੀ ਸਾਡੇ ਦੇ ਸਾਨ ਕਰ ਰਹੇ ਆ ਜੀ, ਵੀ ਅਸੀਂ ਸ਼ਾਮ ਤੱਕ ਰਹੇ ਆਏ ਰਹੇ, ਮੰਨ ਲਓ ਪਰਿਵਾਰ ਨੂੰ ਸਾਨ ਕਰ ਰਹੇ ਹੋ ਇਸ ਚੀਜ਼ ਦਾ, ਵੀ ਅਸੀਂ ਨੀਲੇ ਖਾਨ ਦੇ ਸ਼ਾਮ ਤੱਕ ਹਸਪਤਾਲ 'ਚ ਰਹੇ ਜਾਂ ਇੱਦਾਂ ਰਹੇ, ਇਹੋ ਜਿਹੀਆਂ ਚੀਜ਼ਾਂ ਸਾਨੂੰ ਸੁਣਾ ਕੇ ਗਏ ਆ। ਮੰਨ ਲਓ ਵੀਡੀਓ ਜਿਹੜਾ ਕਰਤਾ ਭੁੱਲਰ ਸਾਹਿਬ ਨੂੰ ਇਸ ਚੀਜ਼ ਦਾ ਸਾਰਾ ਪਤਾ, ਜੋ ਸੰਧੂ ਸਰਜੀਤ ਨੇ ਵੀਡੀਓ ਕੀਤਾ ਉਹਦੇ ਖੁਦ ਜਿਹੜਾ ਭੁੱਲਰ ਸਾਹਿਬ ਦੇ ਨਾਲ ਮੁੰਡਾ ਰਹਿੰਦਾ ਨਾ, ਉਹਨੇ ਮੈਨੂੰ ਵੀਡੀਓ ਭੇਜਿਆ ਵੀ ਆਹ ਸੁਣੋ, ਅਤੇ ਫਿਰ ਭੁੱਲਰ ਸਾਹਿਬ ਕਿਵੇਂ ਕਹਿ ਰਿਹਾ ਕਹਿ ਸਕਦੇ ਵੀ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ, ਉਹਦੇ ਨਾਲ ਦੇ ਬੰਦੇ ਨੇ ਮੈਨੂੰ ਵਟਸਐਪ ਭੇਜਿਆ ਵੀ ਆਹ ਵੀਡੀਓ ਸੁਣੋ, ਉਹ ਜੇ ਉਹਨੂੰ ਸੰਧੂ ਸਰਜੀਤ ਉਹਨਾਂ ਨੇ ਕਿਹਾ ਹੋਊ ਤਾਂ ਹੀ ਕੀਤਾ ਨਾ, ਵੀ ਉਦੋਂ ਪਹਿਲਾਂ ਵੀ ਸਾਡਾ ਕੀ ਕਰਤਾ ਤਾਂ ਅਸੀਂ ਅੱਕੇਵੇ ਬੋਲੇ ਹਾਂ, ਉਹ ਜਦੋਂ ਉਹਦਾ ਅਸੀਂ ਵੀਡੀਓ ਸੁਣਿਆ ਨਾ ਵੀ ਪਰਿਵਾਰ ਦਾ ਸਾਰੀ ਉਮਰ ਦਾ ਠੇਕਾ ਨਹੀਂ ਕੀਤਾ, ਅਸੀਂ ਕਹਿ ਰਹੇ ਵੀ ਉਦੋਂ ਪਹਿਲਾਂ ਵੀ ਕੀ ਕੀਤਾ, ਇਹਨੇ ਸਾਨੂੰ ਬੁਲਵਾਇਆ ਕਹਿ ਕੇ ਸੰਧੂ ਸਰਜੀਤ ਨੇ ਬੁਲਵਾਇਆ। ਮੈਂ ਚਾਹੂੰਗਾ ਬਾਗਲੀ ਜੀ, ਉਹ ਗਾਣਾ ਵੀ ਜਿਹੜਾ ਨਨਕਾਣਾ ਬਾਬੇ ਨਾਨਕ ਨੂੰ 550 ਸਾਲ ਆਪਾਂ ਹੁਣ ਮਨਾਉਣ ਜਾ ਰਹੇ ਹਾਂ, ਉਹਨਾਂ ਨੇ ਪਹਿਲਾਂ ਹੀ ਗੱਲ ਕਰਤੀ ਸੀ ਇਸ ਗਾਣੇ ਦੇ ਰਾਹੀਂ ਨਨਕਾਣੇ ਦੀ, ਉਸ ਧਰਤੀ ਦੀ, ਉਸ ਮਿੱਟੀ ਦੀ, ਆਪਾਂ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਵਿੱਚ ਜੋੜੀਏ। ਸਹੀ ਹੈ। ਉਹ ਜਦ ਵੀ ਸੋਚਾਂ ਦੇ ਵਿੱਚ ਪਈਏ ਨਿੱਤ ਅਰਦਾਸਾਂ ਕਰਦੇ ਰਹੀਏ, ਉਹ ਜਦ ਵੀ ਸੋਚਾਂ ਦੇ ਵਿੱਚ ਪਈਏ ਨਿੱਤ ਅਰਦਾਸਾਂ ਕਰਦੇ ਰਹੀਏ, ਉਹ ਗੁਰੂਆਂ ਦੀ ਧਰਤੀ ਉੱਤੇ ਮੱਥਾ ਟੇਕਣ ਨੂੰ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ। ਵਾਹ ਜੀ ਵਾਹ, ਕਿਆ ਬਾਤ ਨੇ ਬਾਈ ਜੀ। ਜਿਸ ਤਰ੍ਹਾਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਗੱਲਬਾਤ ਕੀਤੀ, ਪ੍ਰਗਟ ਬਾਈ ਹਰਦੀਪ ਤੁਸੀਂ ਬੈਠੇ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਆਫਤਾਬ ਦੇ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੇ ਵੀ ਦਰਸ਼ਕਾਂ ਨੂੰ ਨਾਲ ਜੋੜਿਆ। ਜਾਂਦੇ ਜਾਂਦੇ ਮੇਰੀ ਇੱਕ ਆਖਰੀ ਗੱਲ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣੀ ਚਾਹਾਂਗਾ ਕਿ ਕਿਤੇ ਤੁਸੀਂ ਸੁਰਜੀਤ ਭੁੱਲਰ ਹੋਰਾਂ ਨੂੰ ਜਾਣ ਬੁੱਝ ਕੇ ਤਾਂ ਨਹੀਂ ਬਦਨਾਮ ਕਰ ਰਹੇ? ਨਹੀਂ ਜੀ, ਸਾਡਾ ਪਰਮਾਤਮਾ ਜਾਣਦਾ, ਬਿਲਕੁਲ ਨਹੀਂ ਇਸ ਜੀ ਗੱਲ ਨਹੀਂ ਨਾ, ਅਸੀਂ ਬਦਨਾਮ ਨਾਲੇ ਕੀਤਾ ਵੀ ਨਹੀਂ ਜੀ, ਸਾਡਾ ਕਿਤੇ ਪ੍ਰੂਫ ਤਾਂ ਕਰ ਦਿਓ ਵੀ ਅਸੀਂ ਕਿਸ ਚੀਜ਼ 'ਚ ਬਦਨਾਮ ਕੀਤਾ, ਅਸੀਂ ਸੱਚ ਦੱਸਿਆ, ਸੱਚ ਇੱਕ ਸਵਾਲ ਦਾ ਜਵਾਬ ਦਿੱਤਾ, ਨਾ ਕਿ ਜਾਣ ਬੁੱਝ ਕੇ ਕੀਤਾ, ਕਿਉਂਕਿ 9 ਸਾਲਾਂ ਬਾਅਦ ਸਾਨੂੰ ਕੋਈ ਜੇ ਲੈ ਕੇ ਆਇਆ ਚੈਨਲ ਤਾਂ ਅਸੀਂ 9 ਸਾਲ ਤੱਕ ਉਹਦੀ ਉਡੀਕ ਕੀਤੀ ਹੈ ਵੀ ਸਾਡੇ ਕਦੇ ਦਾ, ਮੰਨ ਲਓ ਮੇਰੇ ਮੰਮੀ ਡੈਡੀ ਨੂੰ ਜਾਂ ਮੇਰੇ ਭਤੀਜਿਆਂ ਨੂੰ ਜਾਂ ਸਾਨੂੰ ਕਦੇ ਕਾਲ ਕਰੂਗਾ ਹੈ ਨਾ, ਸਾਡੇ ਪਰਿਵਾਰ ਦਾ ਹਾਲ ਚਾਲ ਕਿਸੇ ਪ੍ਰੋਗਰਾਮ 'ਚ ਜਾਂ ਕਿਸੇ ਪੁੱਛੂਗਾ, ਪਰ ਉਹਨਾਂ ਨੇ ਨਹੀਂ। ਜਦੋਂ ਮੰਨ ਲਓ ਮੇਲਿਆਂ 'ਤੇ ਜ਼ਰੂਰ ਆਏ ਆ, ਮੇਲਿਆਂ 'ਤੇ ਵੀ ਨਹੀਂ, ਸਾਡੇ ਪਰਿਵਾਰ ਨੂੰ ਉਹਨਾਂ ਨੇ ਮਿਲਣਾ ਜ਼ਰੂਰੀ ਨਹੀਂ ਸਮਝਿਆ। ਕੋਈ ਬਦਨਾਮ ਨਹੀਂ ਜੀ, ਸਾਡੇ ਨਾਲ ਸਾਹਮਣੇ ਬਹਿ ਕੇ ਗੱਲ ਵੀ ਕਰ ਸਕਦੇ ਆ, ਅਸੀਂ ਹਮੇਸ਼ਾ ਸਾਰਾ ਪਰਿਵਾਰ ਤਿਆਰ ਹੈ, ਜਿਹੜੀ ਵੀ ਗੱਲ ਕੀਤੀ ਹੈ ਹਮੇਸ਼ਾ ਸੱਚ ਕਿਹਾ ਅਤੇ ਸੱਚ ਤੋਂ ਬਿਨਾਂ ਨਹੀਂ ਕੋਈ ਵੀ ਗੱਲ ਕੀਤੀ। ਜੋ ਵੀ ਅਸੀਂ ਸਾਡੇ ਸਾਹਮਣੇ ਬਹਿ ਕੇ, ਸੰਧੂ ਸਰਜੀਤ ਵੀ ਆ ਜੇ, ਭੁੱਲਰ ਸਾਹਿਬ ਵੀ ਆ ਜਾਣ, ਸਾਡਾ ਭਰਾ ਹੈਗਾ ਭੁੱਲਰ ਸਾਹਿਬ, ਕਿਉਂਕਿ ਸੰਧੂ ਸਰਜੀਤ ਨਾਲ ਤਾਂ ਸਾਡਾ ਕੋਈ ਰਾਬਤਾ ਹੀ ਨਹੀਂ, ਉਹਨਾਂ ਦਾ ਤਾਂ ਸਾਡੇ ਮਸਲੇ ਦੇ ਵਿੱਚ ਆਉਣ ਦਾ ਮਤਲਬ ਹੀ ਨਹੀਂ,
ਉਹ ਤਾਂ ਉਹਨਾਂ ਦੀ ਉਹ ਗੱਲ ਆ ਵੀ ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ, ਉਹ ਤਾਂ ਧੱਕੇ ਨਾਲ ਫਸ ਰਿਹਾ ਇਸ ਮਸਲੇ 'ਚ। ਭੁੱਲਰ ਸਾਹਿਬ ਲਈ ਸਾਡੇ ਹਮੇਸ਼ਾ ਹੁਣ ਵੀ ਦਰਵਾਜ਼ੇ ਖੁੱਲ੍ਹੇ ਆ, ਕਦੋਂ ਵੀ ਸਾਡੇ ਨਾਲ ਬਹਿ ਕੇ ਗੱਲ ਕਰ ਸਕਦੇ ਆ। ਜਿਹੜੇ ਅਸੀਂ ਗੱਲ ਕੀਤੀ ਹੈ ਉਹ ਹਮੇਸ਼ਾ ਸੱਚ ਹੋਊਗੀ। ਜੇ ਉਹਨੇ ਵੀ ਸਵਾਲ ਜਿਹੜੇ ਕੀਤੇ, ਹਮੇਸ਼ਾ ਹਰੇਕ ਜਵਾਬ ਦਿੱਤਾ ਜਾਊਗਾ ਹਰੇਕ ਸਵਾਲ ਦਾ। ਤੁਸੀਂ ਇੱਕ ਗੱਲ ਮੰਗ ਕੀਤੀ ਸੀ ਕਿ ਮੈਨੂੰ ਸੁਰਜੀਤ ਭੁੱਲਰ ਹੋਰੀ, ਮੈਂ ਉਹਨਾਂ ਨੂੰ ਫੋਨ ਕੀਤਾ ਸੀ ਕਿ ਕੋਰਸ ਬੋਲਣ ਦੇ ਲਈ ਪਿੱਛੇ ਰੱਖ ਰਹਿਣ, ਪਰ ਉਹਨਾਂ ਨੇ ਇਹ ਕਿਹਾ ਕਿ ਐਡੀ ਦੂਰ ਆਉਣਾ ਅਤੇ ਜਿੰਨੇ ਕੁ ਪੈਸੇ ਅਸੀਂ ਦਿੰਦੇ ਉਹਨੇ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੋਣਾ, ਅਤੇ ਤੁਸੀਂ ਇੰਨੇ ਫੋਨ ਵੀ ਨਹੀਂ ਕੀਤੇ। ਕਹਿੰਦੇ ਜੇ ਆਏ ਹੁੰਦੇ ਤਾਂ ਮੈਂ ਹਰ ਇੱਕ ਨੂੰ ਜੇ ਨਹੀਂ ਚੱਕਦਾ ਤਾਂ ਬੈਕ ਕਾਲ ਕਰਦਾ। ਇਹ ਗੱਲ ਨੂੰ ਤੁਹਾਡੀ ਨੂੰ ਉਹਨਾਂ ਨੇ ਇੱਥੇ ਵੀ ਝੁਠਲਾ ਦਿੱਤਾ। ਇਸ ਗੱਲ 'ਚ ਸ਼ਰੇਆਮ ਝੂਠ ਹੈ ਜੀ। ਮੈਂ ਉਹਨਾਂ ਨੂੰ ਫੋਨ ਕਰਦਾ ਰਿਹਾ ਤਕਰੀਬਨ ਘੱਟ ਤੋਂ ਘੱਟ 15 ਦਿਨ। ਅੱਛਾ ਹਾਂਜੀ। ਉਹਦੇ 'ਚੋਂ ਤਕਰੀਬਨ 2-3 ਵਾਰੀ ਮੇਰੀ ਗੱਲ ਹੋਈ ਹੈ। ਉਦੋਂ ਬਾਅਦ ਉਹਨਾਂ ਦਾ ਜਿਹੜਾ ਨਾਲ ਮੁੰਡਾ ਸੀ ਉਹ ਚੱਕ ਲੈਂਦਾ ਸੀ ਫੋਨ, ਉਹ ਚੱਕਦਾ ਸੀ। ਉਹਨਾਂ ਨੇ ਮੈਨੂੰ ਕਹਿਤਾ, ਕਹਿੰਦੇ ਵੀ ਪਹਿਲਾਂ ਤੁਸੀਂ ਦੇਖ ਲਓ, ਜੇ ਕੋਈ ਤੁਹਾਨੂੰ ਨੇੜੇ ਕਲਾਕਾਰ ਉਹ ਕਰਦਾ ਸ਼ੂਟ ਕਰਦਾ ਤਾਂ ਤੁਸੀਂ ਉੱਦਾਂ ਦੇਖ ਲਓ ਜੀ। ਮੈਂ ਚਲੋ 1-2 ਕਲਾਕਾਰਾਂ ਨਾਲ ਗੱਲ ਕੀਤੀ ਜੀ, ਅਤੇ ਕੀਤੀ ਵੀ ਨਹੀਂ ਵੀ ਕੀਤੀ ਜੀ, ਚਲੋ ਆਪਣਾ ਜਦੋਂ ਮਾਣੀ ਨਹੀਂ ਸੀ ਮੈਨੂੰ ਇਹ ਸੀ ਵੀ ਮੈਂ ਜਿਹਨਾਂ ਨੇ ਮੇਰੇ ਭਰਾ ਦੇ ਗਾਣੇ ਗਾਏ ਆ ਉਹਨਾਂ 'ਤੇ ਸਾਡਾ ਜ਼ੋਰ ਹੈ ਜੀ, ਅਸੀਂ ਉਹਨਾਂ ਨੂੰ ਕਹੀਏ, ਠੀਕ ਹੈ। ਉਹਨਾਂ ਨਾਲ ਗੱਲਬਾਤ ਕੀਤੀ ਮੈਂ, ਉਹ ਮੈਨੂੰ ਕਹਿੰਦੇ ਵੀ ਐਡੀ ਦੂਰੋਂ ਤੈਨੂੰ ਆਉਣਾ ਜਾਣਾ ਮੰਨ ਲਓ ਵੀ ਸਹੀ ਨਹੀਂ ਰਹਿਣਾ। ਮੈਂ ਕਿਹਾ ਵੀਰੇ ਵੀ ਉਹ ਤਾਂ ਮੈਂ ਚਲੋ ਕੋਈ ਗੱਲ ਨਹੀਂ ਬਾਈ, ਮੈਂ ਆਪਦੀ ਸੈਟਿੰਗ ਕਰ ਲੂੰਗਾ, ਤੁਸੀਂ ਮੈਨੂੰ ਰੱਖਣ ਦੀ ਗੱਲ ਦੱਸੋ ਵੀ ਤੁਸੀਂ ਮੈਨੂੰ ਰੱਖ ਸਕਦੇ ਹੋ। ਉਹ ਮੈਨੂੰ ਕਹਿੰਦੇ ਵੀ ਕੋਈ ਨਾ ਆਪਾਂ ਰੈਅ ਕਰਦੇ ਹਾਂ, ਗੱਲ ਕਰਦੇ ਹਾਂ। ਉਦੋਂ ਬਾਅਦ ਮੈਂ ਫੋਨ ਕੀਤਾ ਜੀ, 1-2 ਵਾਰੀ ਉਹ ਮੁੰਡੇ ਨੇ ਚੱਕ ਲਿਆ। ਉਸ ਤੋਂ ਬਾਅਦ ਮੈਂ ਲਾਉਣ ਲੱਗ ਗਿਆ, ਉਹਨਾਂ ਦਾ ਫੋਨ ਮੇਰਾ ਨੰਬਰ ਉਹਨਾਂ ਨੇ ਬੀਜੀ ਟਿਊਨ 'ਚ ਪਾਤਾ। ਅੱਛਾ। ਉਦੋਂ ਬਾਅਦ ਮੇਰਾ ਕੰਟੈਕਟ ਨਹੀਂ ਹੋਇਆ। ਜਦੋਂ ਮੈਂ 4-5 ਦਿਨ ਲਾਈ ਗਿਆ ਜੀ ਉਹਦਾ ਬੀਜੀ ਟਿਊਨ 'ਚ ਆ ਰਿਹਾ ਸੀ ਨੰਬਰ, ਉਦੋਂ ਬਾਅਦ ਮੈਂ ਲਾਉਣਾ ਛੱਡਤਾ ਜੀ। ਉਦੋਂ ਬਾਅਦ ਮੈਂ ਪਰਮਾਤਮਾ 'ਤੇ ਆਸ ਹੈ, ਭਰਾਵਾਂ 'ਤੇ ਆਸ ਆ, ਜਿਹੜੇ ਖਾਨ ਸਾਹਿਬ ਦੇ ਗੀਤਾਂ ਨੂੰ ਪਿਆਰ ਕਰਦੇ ਆ, ਇਹਨਾਂ ਦਾ ਸਾਥ ਸਾਨੂੰ ਚਾਹੀਦਾ, ਅਤੇ ਸਾਨੂੰ ਨਾ ਕੋਈ ਪੈਸੇ ਦਾ ਨਾ ਕੋਈ ਹੋਰ ਕਿਸੇ ਕਿਸਮ ਦਾ ਕੋਈ ਲਾਲਚ। ਕਹਿਣ ਦਾ ਭਾਵ ਤੁਸੀਂ ਆਸ ਤੱਕ ਹੀ ਸੀ ਫੋਨ ਲਾਉਂਦੇ ਰਹੇ? ਬਿਲਕੁਲ ਜੀ ਜੀ। ਸਾਨੂੰ ਇਹ ਸੀ ਜੀ ਵੀ ਕੋਈ ਸਟੈਂਡ ਹੋ ਜਾਏ ਜੀ, ਮੈਂ ਆਪਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਸਾਂਭ ਸਕਾਂ, ਜੇ ਕੋਈ 1,000-2,000 ਜਿੰਨਾ ਵੀ ਕੋਰਸ ਵਾਲਿਆਂ ਨੂੰ ਉਹ ਦਿੰਦੇ ਆ ਤਾਂ ਚਲੋ ਮੇਰੇ ਨਾਲ ਕੰਮ ਦੇ ਨਾਲ ਨਾਲ ਮੇਰੇ 2 ਰੁਪਏ ਉਹ ਆਉਣ ਲੱਗ ਜਾਣ ਤਾਂ ਮੈਂ ਆਪਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕਾਂ। ਬਿਲਕੁਲ ਬਿਲਕੁਲ, ਇਹ ਆਸ ਸੀ ਜੀ। ਚਲੋ ਆਸ ਉਹਨਾਂ ਨੇ ਨਹੀਂ ਪੂਰੀ ਕੀਤੀ, ਉਹ ਉਹਨਾਂ ਦੀ ਸੋਚ ਹੈ ਜੀ, ਹੈ ਨਾ ਜੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਨੀਲੇ ਖਾਨ ਦੀ, ਪੂਰੀ ਜ਼ਿੰਦਗੀ ਬਾਰੇ ਉਹਨਾਂ ਦੇ ਪਰਿਵਾਰ ਦੇ ਨਾਲ, ਉਹਨਾਂ ਦੇ ਸਾਥੀਆਂ ਦੇ ਨਾਲ ਗੱਲਬਾਤ ਕਰੀ ਆਪਾਂ। ਬਾਈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਸਾਡੇ ਨਾਲ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਨੀਲੇ ਖਾਨ ਦੀ ਕਲਮ ਜਿਸ ਤਰ੍ਹਾਂ ਉਹਨਾਂ ਲਈ ਲੇਖਣੀ ਹੈ ਉਹ ਇਸੇ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਗੂੰਜਦੀ ਰਹੇ, ਅਤੇ ਅਸੀਂ ਆਸਵੰਦ ਹਾਂ ਕਿ ਤੁਹਾਡਾ ਪਰਿਵਾਰ ਉਹਨਾਂ ਦੇ ਨਾਲ ਬੈਠ ਕੇ ਸੁਰਜੀਤ ਭੁੱਲਰ ਹੋਰਾਂ ਦੇ ਨਾਲ ਇਸ ਮਸਲੇ ਨੂੰ ਤੁਸੀਂ ਇੱਕ ਕਰੋਗੇ, ਅਤੇ ਭਵਿੱਖ ਦੇ ਵਿੱਚ ਤੁਸੀਂ ਵੀ, ਕਿਉਂਕਿ ਤੁਹਾਡੇ ਕੋਲ ਵੀ ਗਾਉਣ ਦੇ ਲਈ ਉਹ ਪਰਮਾਤਮਾ ਨੇ ਆਵਾਜ਼ ਦਿੱਤੀ ਹੈ, ਤੁਸੀਂ ਚਾਹੁੰਦੇ ਵੀ ਹੋ, ਇਨਸ਼ਾਅੱਲਾ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤੁਹਾਨੂੰ ਤਰੱਕੀ ਬਖਸ਼ੇ। ਦੋਸਤੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਦੇ ਵਿੱਚ ਜੁੜੇ ਰਹੇ। ਅਗਲੀ ਵਾਰੀ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਨਾਲ ਮੈਂ ਹਾਜ਼ਰ ਹੋਵਾਂਗਾ। ਬਿੱਟੂ ਚੱਕਵਾਲਾ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।